ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਅੱਜ ਆਪਾਂ ਆਪਣੀ ਕੰਪਿਊਟਰ ਦੀ ਪੰਜਵੀਂ ਕਲਾਸ ਕਰਾਂਗੇ ਬਈ ਇਸ ਤੋਂ ਪਹਿਲਾਂ ਚਾਰ ਕਲਾਸਾਂ ਹੋ ਚੁੱਕੀਆਂ ਸੀ ਤੇ ਉਮੀਦ ਹੈ ਤੁਹਾਨੂੰ ਕਲਾਸਾਂ ਚੰਗੀ ਤਰ੍ਹਾਂ ਸਮਝ ਆਈ ਹੋਣੀ ਤੇ ਫਿਰ ਵੀ ਕੋਈ ਤੁਹਾਡੀ ਕੁਇਰੀ ਕੋਈ ਡਾਊਟ ਹੈਗੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਅੱਜ ਆਪਣੀ ਪੰਜਵੀਂ ਕਲਾਸ ਹੈ ਬਈ ਪੰਜਵੀਂ ਕਲਾਸ ਦੇ ਵਿੱਚ ਆਪਾਂ ਨੇ ਪੜ੍ਹਨਾ ਕੀ ਹੈ ਆਪਾਂ ਨੇ ਪੜ੍ਹਨਾ ਹੈ ਕੰਪਿਊਟਰ ਬਾਰੇ ਕੰਪਿਊਟਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਯਾਨੀ ਟਾਈਪਸ ਆਫ ਕੰਪਿਊਟਰ ਜਾਂ ਇਹਨੂੰ ਕਿਤਾਬੀ ਭਾਸ਼ਾ ਦੇ ਵਿੱਚ ਤੁਸੀਂ ਕਲਾਸੀਫਿਕੇਸ਼ਨਸ ਆਫ ਕੰਪਿਊਟਰ ਬੋਲਦੇ ਠੀਕ ਹੈ ਇਹ ਆਪਣਾ ਪੰਜਵਾਂ ਲੈਕਚਰ ਹੈ ਤੇ ਜਿਹੜੇ ਸਟੂਡੈਂਟ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਜਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕੰਪਿਊਟਰ ਦੀ ਭਾਈ ਉਹਨਾਂ ਵਾਸਤੇ ਹੈ ਕਿ ਆਪਾਂ ਇਹ ਪੰਜਵੀਂ ਕਲਾਸ ਕਰ ਰਹੇ ਆ ਇਸ ਤੋਂ ਪਹਿਲਾਂ ਚਾਰ ਕਲਾਸਾਂ ਹੋ ਚੁੱਕੀਆਂ ਨੇ ਪਹਿਲੀ ਕਲਾਸ ਦੇ ਵਿੱਚ ਆਪਾਂ ਨੇ ਬੇਸਿਕ ਇੰਟਰੋਡਕਸ਼ਨ ਪੜ੍ਹੀ ਸੀ ਕੰਪਿਊਟਰ ਦੀ ਹਨਾ ਕਿ ਕੰਪਿਊਟਰ ਕੀ ਹੁੰਦਾ ਹੈ ਤੇ ਕੀ ਖਾਸੀਅਤ ਇਹਦੀ ਹੈਗੀ ਆ ਅੱਗੇ ਆਪਾਂ ਕੀ ਕੀ ਪੜ੍ਹਨਾ ਉਹ ਸਾਰਾ ਕੁਝ ਆਪਾਂ ਨੇ ਪਹਿਲੀ ਕਲਾਸ ਤੇ ਡਿਸਕਸ ਕਰਿਆ ਸੀ ਦੂਜੀ ਕਲਾਸ ਦੇ ਵਿੱਚ ਆਪਾਂ ਨੇ ਵਰਕ ਕੰਪਿਊਟਰ ਕਿਦਾਂ ਵਰਕ ਕਰਦਾ ਹੈ ਤੀਜੀ ਕਲਾਸ ਦੇ ਵਿੱਚ ਆਪਾਂ ਨੇ ਕੰਪਿਊਟਰ ਦੀ ਹਿਸਟਰੀ ਹੈ ਨਾ ਕੰਪਿਊਟਰ ਦੀ ਹਿਸਟਰੀ ਹੈ ਜਿਹੜੀ ਉਹ ਪੜ੍ਹੀ ਸੀ ਕਿ ਪਹਿਲਾਂ ਕੰਪਿਊਟਰ ਕਿਹੋ ਜੇ ਸੀਗੇ ਪਹਿਲਾ ਕੰਪਿਊਟਰ ਸੀਗੇ ਮਕੈਨੀਕਲ ਕੰਪਿਊਟਰ ਕਿਉਂਕਿ ਕੰਪਿਊਟਰ ਦਾ ਮਤਲਬ ਹੁੰਦਾ ਹੈ ਗਣਨਾ ਕਰਨਾ ਯਾਨੀ ਕੈਲਕੂਲੇਟ ਕਰਨਾ ਕੰਪਿਊਟਰ ਹੁੰਦੀ ਹੈ ਇੱਕ ਅਜਿਹੀ ਮਸ਼ੀਨ ਜਿਹੜੀ ਸਾਨੂੰ ਕੁਝ ਕੈਲਕੂਲੇਟ ਕਰਕੇ ਦੱਸਦੀ ਹੈ ਠੀਕ ਹੈ ਕੰਪਿਊਟਰ ਜਿਵੇਂ ਤੁਹਾਡੇ ਬਾਈਕ ਦੇ ਵਿੱਚ ਮੀਟਰ ਲੱਗਿਆ ਹੋਇਆ ਹੈ ਨਾ ਉਹ ਤੁਹਾਡੀ ਸਪੀਡ ਕੈਲਕੂਲੇਟ ਕਰਕੇ ਦੱਸ ਰਹੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦਾ ਕੰਪਿਊਟਰ ਹੈ ਠੀਕ ਹੈ ਹਾ ਹਿਸਟਰੀ ਪੜ੍ਹੀ ਸੀਗੀ ਕਿ ਪਹਿਲਾ ਮਕੈਨੀਕਲ ਕੰਪਿਊਟਰ ਹੁੰਦੇ ਸੀ ਫਿਰ ਇਲੈਕਟ੍ਰੀਕਲ ਕੰਪਿਊਟਰ ਐ ਇਲੈਕਟ੍ਰੋਨਿਕ ਜਿਹੜੇ ਆਏ ਆ ਅੱਜ ਕੱਲ ਆਪਾਂ ਇਲੈਕਟ੍ਰੋਨਿਕ ਕੰਪਿਊਟਰ ਯੂਜ਼ ਕਰਦੇ ਆ ਚੌਥੀ ਦੇ ਵਿੱਚ ਆਪਾਂ ਨੇ ਪੜਿਆ ਸੀਗਾ ਕਿ ਜਦੋਂ ਇਲੈਕਟ੍ਰੋਨਿਕ ਕੰਪਿਊਟਰ ਆਏ ਆ ਉਹਨਾਂ ਦੇ ਵਿੱਚ ਫਿਰ ਅਲੱਗ-ਅਲੱਗ ਤਰ੍ਹਾਂ ਦੇ ਇਲੈਕਟ੍ਰੋਨਿਕ ਪੁਰਜ਼ੇ ਜਿਹੜੇ ਆਪਾਂ ਨੇ ਯੂਜ਼ ਕਰਨੇ ਸ਼ੁਰੂ ਕਰੇ ਇਲੈਕਟ੍ਰੋਨਿਕ ਕੰਪੋਨੈਂਟ ਇਸ ਕਰਕੇ ਕੰਪਿਊਟਰ ਦੀ ਜਨਰੇਸ਼ਨ ਆ ਜਿਹੜੀ ਉਹ ਬਣ ਗਈ ਆ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦੂਜੀ ਤੀਜੀ ਹੈ ਨਾ ਐਦਾਂ ਕਰਕੇ ਤਾਂ ਚੌਥੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਬਾਕੀ ਜਿਹੜੇ ਬਈ ਸਟੂਡੈਂਟ ਨਵੇਂ ਆ ਪਲੇਲਿਸਟ ਇੱਕ ਅਲੱਗ ਤੋਂ ਬਣੀ ਹੋਈ ਆ ਕੰਪਿਊਟਰ ਜੀਕੇ ਦਿਨਾ ਤੋਂ ਲਿੰਕ ਤੁਹਾਨੂੰ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਚ ਮਿਲ ਜੂਗਾ ਉੱਥੇ ਤੁਸੀਂ ਇਹ ਵਾਲੀ ਵੀਡੀਓ ਜਿਹੜੀ ਉਹ ਦੇਖ ਲੈਣੀ ਆ ਠੀਕ ਹੈ ਆਪਾਂ ਫਿਰ ਸ਼ੁਰੂ ਕਰਦੇ ਆ ਫਟਾਫਟ ਕੋਈ ਕੁਇਰੀ ਕੋਈ ਡਾਊਟ ਹੈਗੀ ਆ ਮੈਨੂੰ ਮੈਸੇਜ ਕਰਦੇ ਹੋ ਬਈ ਇੰਸਟਾਗ੍ਰam ਦੇ ਉੱਤੇ ਟੈਲੀਗ੍ਰam ਵੀ ਤੁਸੀਂ ਜੁਆਇਨ ਕਰ ਲਿਓ ਓਕੇ ਕਲਾਸੀਫਿਕੇਸ਼ਨ ਆਫ ਕੰਪਿਊਟਰ ਇਹਨੂੰ ਛੱਡੋ ਇਹ ਜ਼ਿਆਦਾ ਵਧੀਆ ਠੀਕ ਹੈ ਜੀ ਕਲਾਸੀਫਿਕੇਸ਼ਨ ਆਫ ਕੰਪਿਊਟਰ ਯਾਨੀ ਟਾਈਪਸ ਆਫ ਕੰਪਿਊਟਰ ਕੰਪਿਊਟਰ ਕਿੰਨੀ ਤਰ੍ਹਾਂ ਦੇ ਹੁੰਦੇ ਆ ਆਪਣੇ ਆਪਣੇ ਦੇਖਣ ਦਾ ਨਜ਼ਰੀਆ ਹੈ ਬਾਈ ਆਪਣਾ ਆਪਣਾ ਮੈਥਡ ਆ ਸਾਰਿਆਂ ਦਾ ਕਿਉਂਕਿ ਕੰਪਿਊਟਰ ਵੀ ਸਾਰੇ ਅਲੱਗ-ਅਲੱਗ ਹੈ ਪਰਪਸ ਸਾਰਿਆਂ ਦਾ ਅਲੱਗ ਹੁੰਦਾ ਹੈ ਤੁਹਾਡੇ ਵਾਸਤੇ ਕੰਪਿਊਟਰ ਦਾ ਕੋਈ ਹੋਰ ਕੰਮ ਹੋਣਾ ਮੇਰੇ ਵਾਸਤੇ ਕੋਈ ਹੋਰ ਕੰਮ ਹੈ ਸਾਇੰਟਿਸਟਾਂ ਵਾਸਤੇ ਕੁਝ ਹੋਰ ਕੰਮ ਹੈ ਡਿਫੈਂਸ ਵਾਲਿਆਂ ਵਾਸਤੇ ਕੁਝ ਹੋਰ ਕੰਮ ਹੈ ਡਾਕਟਰਾਂ ਵਾਸਤੇ ਕੁਝ ਹੋਰ ਕੰਮ ਹੈ ਤਾਂ ਬਹੁਤ ਤਰ੍ਹਾਂ ਦੇ ਕੰਪਿਊਟਰ ਹੁੰਦੇ ਆ ਬਟ ਆਪਾਂ ਨੇ ਦੂਜੀ ਵੀਡੀਓ ਦੇ ਵਿੱਚ ਪੜਿਆ ਸੀਗਾ ਨਾ ਵਰਕਿੰਗ ਆਫ ਕੰਪਿਊਟਰ ਉਹ ਤੁਹਾਨੂੰ ਯਾਦ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਕੰਪਿਊਟਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ ਐਨਲੋਗ ਕੰਪਿਊਟਰ ਹੁੰਦੇ ਆ ਡਿਜੀਟਲ ਤੇ ਹਾਈਬ੍ਰਿਡ ਐਨਲੋਗ ਕੰਪਿਊਟਰ ਦੀ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਤੇ ਤੁਹਾਡੇ ਘਰ ਜਿਹੜੀ ਸੂਈਆਂ ਵਾਲੀ ਘੜੀ ਹੈਗੀ ਹੈ ਹਨਾ ਜਿੱਤੇ ਚ ਛੋਟੀ ਸੂਈ ਹੁੰਦੀ ਹੈ ਵੱਡੀ ਸੂਈ ਹੁੰਦੀ ਹੈ ਉਹ ਵੀ ਤਾਂ ਟਾਈਮ ਹੀ ਕੈਲਕੂਲੇਟ ਕਰਕੇ ਦੱਸ ਰਹੀ ਹੈ ਤਾਂ ਉਹ ਇੱਕ ਤਰ੍ਹਾਂ ਦੀ ਐਨਲੋਗ ਹੋਗੀ ਸਿੰਪਲ ਜਾਂ ਤੁਹਾਡੀ ਬਾਈਕ ਦਾ ਮੀਟਰ ਹੈ ਜਿਹਦੇ ਚ ਸੂਈ ਹੁੰਦੀ ਹੈ ਕਦੇ ਸੂਈ 20 ਤੇ ਜਾ ਰਹੀ ਹੈ 30 ਤੇ 40 ਤੇ ਹਨਾ ਐਦਾਂ ਕਰਕੇ ਉਹ ਇੱਕ ਤਰ੍ਹਾਂ ਦੇ ਐਨਲੋਗ ਕੰਪਿਊਟਰ ਹੈ ਠੀਕ ਹੈ ਡਿਜੀਟ ਹੁਣ ਜਿਹੜੀ ਨਵੀਂ ਬਾਈਕਸ ਆ ਰਹੀਆਂ ਉਹਦੇ 'ਚ ਡਿਜੀਟਲ ਮੀਟਰ ਹੈ ਉਹ ਸਿੱਧਾ ਲਿਖ ਕੇ ਦੱਸਦੇ ਆ ਕਿ ਤੁਹਾਡੀ ਸਪੀਡ 40 ਹੈ 20 ਹੈ 30 ਹੈ ਐਦਾਂ ਕਰਕੇ ਹਨਾ ਉਹ ਡਿਜੀਟਲ ਹੋ ਗਿਆ ਜਾਂ ਡਿਜੀਟਲ ਵਾਚ ਆ ਗਈ ਹੈ ਹੁਣ ਉਹਦੇ 'ਚ ਲਿਖਿਆ ਹੁੰਦਾ ਕਿ 12:10 ਹੋ ਗਏ ਉਹਦੇ 'ਚ ਸੁਈਆਂ ਹੁੰਦੀ ਨਹੀਂ ਹਨਾ ਉਹ ਡਿਜੀਟਲ ਹੋ ਗਿਆ ਹਾਈਬ੍ਰਿਡ ਦੋਹਾਂ ਦਾ ਮਿਸ਼ਰਣ ਹੈ ਐਨਾਲੌਗ ਤੇ ਡਿਜੀਟਲ ਦਾ ਸਿੰਪਲ ਜਿਵੇਂ ਏਟੀਐਮ ਹੋਗੇ ਬਾਕੀ ਇਹਨੂੰ ਆਪਾਂ ਐਕਸਪਲੇਨ ਕਰਕੇ ਤਾਂ ਪੜ੍ਹਾਂਗੇ ਤਾਂ ਇਹ ਟੈਕਨੋਲੋਜੀ ਦੇ ਹਿਸਾਬ ਨਾਲ ਹੋਗੇ ਬਈ ਐਨਾਲੌਗ ਹੋਗੇ ਡਿਜੀਟਲ ਹੋਗੇ ਤੇ ਹਾਈਬ੍ਰਿਡ ਹੋਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਜਿਹੀ ਤਾਂ ਦੇ ਤੁਸੀਂ ਬਾਈ ਕੈਪੈਸਿਟੀ ਵੀ ਲਿਖ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਕੈਪੈਸਿਟੀ ਤੋਂ ਇਲਾਵਾ ਤੁਸੀਂ ਬਾਈ ਕੋਸਟ ਲਿਖ ਲਓ ਠੀਕ ਹੈ ਫਿਰ ਦੱਸੋ ਪਾਵਰ ਲਿਖ ਲਓ ਪਾਵਰ ਦੇ ਹਿਸਾਬ ਨਾਲ ਪਾਵਰ ਕੋਸਟ ਕੈਪੈਸਿਟੀ ਸਾਈਜ਼ ਇਹਦੇ ਹਿਸਾਬ ਨਾਲ ਆਪਾਂ ਕੰਪਿਊਟਰ ਨੂੰ ਤਿੰਨੇ ਜਾਂ ਚਾਰ ਤੁਹਾਡੀ ਮਰਜ਼ੀ ਹੈ ਕੋਈ ਇਸ਼ੂ ਨਹੀਂ ਹੈਗਾ ਤੁਹਾਨੂੰ ਕੋਈ ਡਾਇਰੈਕਟਰੀ ਨਹੀਂ ਪੁੱਛਣਾ ਕਿਸੇ ਨੇ ਕਿ ਕਿੰਨੇ ਹਿਸਾਬ ਦੇ ਕਿੰਨੇ ਹਿੱਸੇ ਦੇ ਵਿੱਚ ਆਪਾਂ ਨੇ ਵੰਡਿਆ ਹੋਇਆ ਆਪਾਂ ਤਿੰਨੇ ਚ ਵੰਡਦੇ ਆ ਇਹਨੂੰ ਇੱਥੇ ਚਾਰ ਹੈ ਬਟ ਮੈਂ ਤੁਹਾਨੂੰ ਤਿੰਨੇ ਚ ਕਰਾਉ ਮੀਨੀ ਕੰਪਿਊਟਰ ਮਾਈਕਰੋ ਤੇ ਚੌਥੇ ਆਪਾਂ ਬਣਾਵਾਂਗੇ ਮੈਕਰੋ ਕੰਪਿਊਟਰ ਮੈਕਰੋ ਐਮ ਏ ਸੀ ਆਰ ਓ ਇਹ ਵਰਡ ਮੈਕਰੋ ਆ ਇਹ ਮਾਈਕਰੋ ਆ ਦੋਹਾਂ 'ਚ ਬਹੁਤ ਜ਼ਿਆਦਾ ਫਰਕ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਮਾਈਕਰੋ ਜਿਹੜੇ ਹੁੰਦੇ ਆ ਇਹ ਮਾਈਕਰੋ ਦਾ ਮਤਲਬ ਹੁੰਦਾ ਹੈ ਵੈਰੀ ਲਾਰਜ ਲਾਰਜ ਬੋਲੋ ਜਾਂ ਵੈਰੀ ਲਾਰਜ ਕੋਈ ਇਸ਼ੂ ਨਹੀਂ ਆਏਗਾ ਤੇ ਮਾਈਕਰੋ ਦਾ ਮਤਲਬ ਹੁੰਦਾ ਹੈ ਵੈਰੀ ਸਮਾਲ ਵੈਰੀ ਸਮਾਲ ਜਾਂ ਸਮਾਲ ਠੀਕ ਹੈ ਨਾ ਤਾਂ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਠੀਕ ਹੈ ਬਹੁਤ ساری ਬੁੱਕ ਹੈ ਜਿਹੜੀ ਉਹ ਮੇਨ ਫਰੇਮ ਕੰਪਿਊਟਰ ਤੇ ਸੁਪਰ ਕੰਪਿਊਟਰ ਇਦਾਂ ਕਰਕੇ ਚਾਰ ਹਿੱਸਿਆਂ ਦੇ ਵਿੱਚ ਵੰਡਦੀ ਹੈ ਬਟ ਆਪਾਂ ਮੈਕਰੋ ਪੜਾਂਗੇ ਕਿਉਂਕਿ ਇਹ ਦੋਨੇ ਮੈਕਰੋ ਦਾ ਹੀ ਹਿੱਸਾ ਹੈ ਦੋਨੇ ਵੱਡੇ ਕੰਪਿਊਟਰ ਹਨ ਤਾਂ ਮੇਨ ਫਰੇਮ ਵੀ ਤੇ ਸੁਪਰ ਕੰਪਿਊਟਰ ਵੀ ਇਸ ਕਰਕੇ ਆਪਾਂ ਮੈਕਰੋ ਪੜ ਲਾਂਗੇ ਕੋਈ ਈਸ਼ੂ ਨਹੀਂ ਤੁਸੀਂ ਭਾਵੇਂ ਚਾਰ ਬਣਾ ਲਓ ਤਿੰਨ ਬਣਾ ਲਓ ਪੜਨੇ ਆਪਨੇ ਚਾਰ ਹੀ ਆਏ ਠੀਕ ਹੈ ਤਾਂ ਤਿੰਨ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਬਾਈ ਸਾਈਜ਼ ਕੈਪੈਸਿਟੀ ਜਾਂ ਕੋਸਟ ਪਾਵਰ ਦੇ ਹਿਸਾਬ ਨਾਲ ਆਪਾਂ ਇਹਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਮੀਨੀ ਕੰਪਿਊਟਰ ਮਾਈਕਰੋ ਜਿਹੜੇ ਬਹੁਤ ਜ਼ਿਆਦਾ ਛੋਟੇ ਹੁੰਦੇ ਆ ਮੈਕਰੋ ਜਿਹ ਉਸ ਤੋਂ ਬਾਅਦ ਬਾਈ ਪਰਪਸ ਕੰਮ ਦੇ ਹਿਸਾਬ ਨਾਲ ਤਾਂ ਜਨਰਲ ਪਰਪਸ ਆਮ ਪਰਪਸ ਵਾਸਤੇ ਯੂਜ਼ ਹੁੰਦੇ ਆ ਤੇ ਸਪੈਸ਼ਲ ਜਿਨ੍ਹਾਂ ਦਾ ਕੋਈ ਸਪੈਸ਼ਲ ਕੰਮ ਹੁੰਦਾ ਹੈ ਠੀਕ ਹੈ ਕੋਈ ਸਪੈਸ਼ਲ ਕੋਈ ਡਿਫੈਂਸ ਵਾਸਤੇ ਜਾਂ ਫਿਰ ਕਿਸੇ ਮੈਡੀਕਲ ਲਾਈਨ ਦੇ ਵਿੱਚ ਯੂਜ਼ ਹੋ ਰਿਹਾ ਹੈ ਠੀਕ ਹੈ ਤਾਂ ਉਹ ਇੱਕ ਸਪੈਸ਼ਲ ਪਰਪਸ ਵਾਸਤੇ ਹੁੰਦੇ ਆ ਇਹਨੂੰ ਆਪਾਂ ਬਿਲਕੁਲ ਨਹੀਂ ਪੜ੍ਹਨਾ ਠੀਕ ਹੈ ਕਿਉਂਕਿ ਕੁਐਸਚਨ ਜਿਹੜਾ ਇਸ ਸਾਈਡ ਤੋਂ ਆਂਦਾ ਹੈ ਟੈਕਨੋਲੋਜੀ ਤੋਂ ਵੀ ਕੁਐਸਚਨ ਆਂਦਾ ਹੈ ਤੇ ਇਸ ਟੌਪਿਕ ਤੋਂ ਬਹੁਤ ਜ਼ਿਆਦਾ ਕੁਐਸਚਨ ਆਂਦੇ ਹੈ ਠੀਕ ਹੈ ਦੋਹਾਂ ਨੂੰ ਆਪਾਂ ਪੜ੍ਹਾਂਗੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਬਾਈ ਠੀਕ ਹੈ ਪਹਿਲਾਂ ਪਾ ਟੈਕਨੋਲੋਜੀ ਵਾਲੇ ਦੇਖਾਂਗੇ ਐਨਲੌਗ ਡਿਜੀਟਲ ਤੇ ਹਾਈਬ੍ਰਿਡ ਠੀਕ ਹੈ ਇਹ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਨੇ ਵੰਡਿਆ ਹੋਇਆ ਐਗਜ਼ਾਮਪਲ ਮੈਂ ਤੁਹਾਨੂੰ ਦੇ ਕੇ ਹਟਾਂ ਮੈਂ ਹੁਣ ਥੋੜਾ ਜਿਹਾ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਇਹਨਾਂ ਬਾਰੇ ਐਨਲੌਗ ਕੰਪਿਊਟਰ ਪਹਿਲਾਂ ਪਾ ਐਨਲੌਗ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਐਨਲੌਗ ਸੀਗੇ ਨਾ ਡਿਜੀਟਲ ਤਾਂ ਬਾਅਦ 'ਚ ਆਇਆ ਪਹਿਲਾਂ ਸਟਾਰਟਿੰਗ ਦੇ ਵਿੱਚ ਕਿਹੋ ਜਿਹਾ ਕੰਪਿਊਟਰ ਸੀਗੇ ਐਨਲੌਗ ਹੁਣ ਆਪਾਂ ਨੇ ਵਰਕਿੰਗ ਆਫ ਕੰਪਿਊਟਰ ਵੀਡੀਓ ਪੜ੍ਹੀ ਹੈ ਠੀਕ ਹੈ ਨਾ ਵਰਕਿੰਗ ਕੰਪਿਊਟਰ ਕਿੱਦਾਂ ਵਰਕ ਕਰਦਾ ਹੈ ਕੰਪਿਊ ਸੇਮ ਹੀ ਹੁੰਦੀ ਹੈ ਇਨਪੁਟ ਪ੍ਰੋਸੈਸਿੰਗ ਹੁੰਦੀ ਹੈ ਪ੍ਰੋਸੈਸਿੰਗ ਤੋਂ ਬਾਅਦ ਸਾਨੂੰ ਆਉਟਪੁੱਟ ਮਿਲਦਾ ਹੈ ਠੀਕ ਹੈ no doubt ਕਿਸੇ ਨੂੰ ਵੀ ਇਨਪੁਟ ਦੇ ਵਿੱਚ ਆਪਾਂ ਡਾਟਾ ਦਿੰਦੇ ਆ ਪ੍ਰੋਸੈਸਿੰਗ ਹੁੰਦੀ ਹੈ ਤੇ ਆਉਟਪੁੱਟ ਜੋ ਮਿਲਦੀ ਹੈ ਉਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਨਫੋਰਮੇਸ਼ਨ ਠੀਕ ਹੈ ਇਹ ਵਰਕਿੰਗ ਆਫ ਕੰਪਿਊਟਰ ਹੈ ਸਿੰਪਲ ਬਿਲਕੁਲ ਸਿੰਪਲ ਹੈ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤਾਂ ਐਨਲੋਗ ਕੰਪਿਊਟਰ ਜਿਹੜੇ ਹੁੰਦੇ ਆ ਐਨਲੋਗ ਕੰਪਿਊਟਰਸ ਦੇ ਵਿੱਚ ਜਿਹੜਾ ਡਾਟਾ ਹੁੰਦਾ ਜਿਹੜੀ ਇਨਪੁਟ ਹੈ ਉਹ ਹਮੇਸ਼ਾ ਚੇਂਜ ਹੁੰਦੀ ਹੈ ਆਲਵੇਸ ਚੇਂਜੇਬਲ ਹੈ ਮੰਨ ਲਓ ਤੁਹਾਡੀ ਬਾਈਕ ਹੈ ਬਾਈਕ ਚੱਲੀ ਹੈ ਬਈ ਠੀਕ ਹੈ ਬਾਈਕ ਚੱਲ ਰਹੀ ਹੈ ਤਾਂ ਉਹਦੀ ਸਪੀਡ ਹਮੇਸ਼ਾ ਚੇਂਜ ਹੋ ਰਹੀ ਹੈ ਠੀਕ ਹੈ ਨਾ ਹਮੇਸ਼ਾ ਚੇਂਜ ਹੈ ਤਾਂ ਡਾਟਾ ਜਿਹੜਾ ਉਹ ਆਲਵੇਸ ਚੇਂਜੇਬਲ ਹੁੰਦਾ ਐਨਲੋਗ ਕੰਪਿਊਟਰ ਦੇ ਵਿੱਚ ਤੇ ਜੇ ਡਾਟਾ ਆਲਵੇਸ ਚੇਂਜੇਬਲ ਹੈਗਾ ਆ ਹਮੇਸ਼ਾ ਡਾਟਾ ਚੇਂਜ ਹੁੰਦਾ ਹੈ ਤਾਂ ਇਨਫੋਰਮੇਸ਼ਨ ਵੀ ਹਮੇਸ਼ਾ ਫਿਰ ਕੀ ਹੈ ਚੇਂਜ ਹੋ ਕੇ ਹੀ ਮਿਲਦੀ ਹੈ ਯਾਨੀ ਇਨਫੋਰਮੇਸ਼ਨ ਵੀ ਸਾਨੂੰ ਕੰਟੀਨਿਊਸ ਫਾਰਮ ਦੇ ਵਿੱਚ ਮਿਲਦੀ ਰਹਿੰਦੀ ਹੈ ਹਮੇਸ਼ਾ ਠੀਕ ਹੈ ਕਿਉਂਕਿ ਡਾਟਾ ਕੀ ਹੈ ਆਲਵੇਸ ਚੇਂਜੇਬਲ ਹੈ ਡਾਟਾ ਹਮੇਸ਼ਾ ਚੇਂਜ ਹੋ ਕੇ ਸਾਨੂੰ ਮਿਲਦਾ ਹੈ ਤਾਂ ਪ੍ਰੋਸੈਸਿੰਗ ਹੋਣ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਆਊਗੀ ਉਹ ਵੀ ਸਾਨੂੰ ਕੰਟੀਨਿਊਸ ਮਿਲੇਗੀ ਠੀਕ ਹੈ ਇਹ ਯਾਦ ਰੱਖਣਾ ਹੈ ਡਿਜੀਟਲ ਦੇ ਵਿੱਚ ਐਦਾਂ ਨਹੀਂ ਹੁੰਦਾ ਆਪਾਂ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਕੇ ਹੋਰ ਪੜਦੇ ਆ ਯਾਰ ਐਨਲੌਗ ਤੇ ਆਉਤੁ ਸੀ ਸਿੱਧਾ ਠੀਕ ਹੈ ਐਨਲੌਗ ਕੰਪਿਊਟਰ ਅਨਲੌਗ ਕੰਪਿਊਟਰ ਕੀ ਹੈ ਕੰਪਿਊਟਰ ਅਨਲੌਗ ਕੰਪਿਊਟਰ ਇੱਕ ਮਸ਼ੀਨ ਹੁੰਦੀ ਹੈ ਵੀ ਜਿਹੜੀ ਵਰਕ ਕਰਦੀ ਹੈ ਡਾਟੇ ਤੇ ਡਾਟਾ ਕਿਹੜਾ ਜਿਹੜਾ ਹਮੇਸ਼ਾ ਚੇਂਜ ਹੁੰਦਾ ਆਲਵੇਸ ਚੇਂਜੇਬਲ ਡਾਟਾ ਡਾਟਾ ਹਮੇਸ਼ਾ ਚੇਂਜ ਹੁੰਦਾ ਹੈ ਅਜਿਹੀ ਡਾਟੇ ਦੇ ਉੱਤੇ ਵਰਕ ਕਰਦੀ ਹੈ ਅਨਲੌਗ ਮਸ਼ੀਨ ਤੇ ਜੇ ਡਾਟਾ ਚੇਂਜ ਹੁੰਦਾ ਫਿਰ ਡਾਟਾ ਚੇਂਜ ਹੋ ਰਿਹਾ ਹੈ ਇਹਦਾ ਮਤਲਬ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਨੂੰ ਹਮੇਸ਼ਾ ਚੇਂਜ ਹੋ ਕੇ ਮਿਲੇਗੀ ਇਹਦਾ ਮਤਲਬ ਇਨਫੋਰਮੇਸ਼ਨ ਹਮੇਸ਼ਾ ਕੰਟੀਨਿਊਸ ਫਾਰਮ ਦੇ ਵਿੱਚ ਮਿਲੇਗੀ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਕਿ ਜਿਹ ਕੰਟੀਨਿਊਸ ਫਾਰਮ ਦੇ ਵਿੱਚ ਮਿਲੂਗੀ ਇਹ ਡਾਇਰੈਕਟ ਕੁਐਸਚਨ ਆਂਦਾ ਹੈ ਕਿ ਕਿਹੜੇ ਕੰਪਿਊਟਰਾਂ ਦੇ ਵਿੱਚ ਇਨਫੋਰਮੇਸ਼ਨ ਕੰਟੀਨਿਊਸ ਫਾਰਮ ਦੇ ਵਿੱਚ ਮਿਲਦੀ ਹੈ ਠੀਕ ਹੈ ਤੇ ਕਿਹੜੇ ਕੰਪਿਊਟਰਾਂ ਦੇ ਵਿੱਚ ਜਾਂ ਕਿਹੜੇ ਕੰਪਿਊਟਰ ਹੈਗੇ ਆ ਜਿਹੜੇ ਹਮੇਸ਼ਾ ਚੇਂਜ ਹੋਣ ਵਾਲੇ ਡਾਟੇ ਦੇ ਉੱਤੇ ਵਰਕ ਕਰਦੇ ਆ ਠੀਕ ਹੈ ਨਾ ਤਾਂ ਇਹ ਦੋ ਪੁਆਇੰਟ ਜਿਹੜੇ ਯਾਦ ਰੱਖਣੇ ਆ ਬਾਕੀ ਡਾਟਾ ਜਿਹੜਾ ਉਹ ਕਿਹੜੀ ਫਾਰਮ ਦੇ ਵਿੱਚ ਲੈਂਦਾ ਹੈ ਵੋਲਟੇਜ ਸਿਗਨਲਸ ਹਨਾ ਉਹਨਾਂ ਦੇ ਵਿੱਚ ਲੈਂਦਾ ਤੇ ਉਹਨੂੰ ਕਨਵਰਟ ਕਰਦਾ ਨੰਮੈਰਿਕ ਵੈਲਿਊ ਦੇ ਵਿੱਚ ਨੰਮੈਰਿਕ ਵੈਲਿਊ ਦੇ ਵਿੱਚ ਕਨਵਰਟ ਕਰਕੇ ਤੁਹਾਨੂੰ ਦੱਸਦਾ ਜਿਵੇਂ ਕੋਈ ਸਪੀਡ ਹੋਗੀ ਹਨਾ ਜੇ ਸਪੀਡ ਹੋਗੀ ਜਾਂ ਫਿਰ ਕੁਝ ਵੀ ਟੈਂਪਰੇਚਰ ਵਗੈਰਾ ਇਹਨੇ ਨੋਟ ਕਰਨਾ ਹੈ ਤਾਂ ਉਹ ਨੋਟ ਕਰਕੇ ਤੁਹਾਨੂੰ ਜਿਹੜਾ ਨੰਮੈਰਿਕ ਵੈਲਿਊ ਦੇ ਵਿੱਚ ਇਹ ਇਨਫੋਰਮੇਸ਼ਨ ਦੇਊਗਾ ਕਿ ਇੰਨਾ ਟੈਂਪਰੇਚਰ ਹੈਗਾ ਇੰਨੀ ਸਪੀਡ ਹੈਗੀ ਤੁਹਾਨੂੰ ਦਾ ਨੰਮੈਰਿਕ ਵੈਲਿਊ ਜਿਹੜੀ ਉਹ ਮਿਲੂਗੀ ਠੀਕ ਹੈ ਬਸ ਇਹ ਯਾਦ ਰੱਖਣਾ ਹੈ ਬਾਕੀ ਜਿਹੜੀ ਫਿਜ਼ੀਕਲ ਕੁਆਂਟੀਟੀਆਂ ਹੁੰਦੀਆਂ ਉਹਨਾਂ ਨੂੰ ਇਹ ਯੂਜ਼ ਕਰਦਾ ਜਿਵੇਂ ਵੋਲਟਮੀਟਰ ਹੋ ਗਿਆ ਥਰਮੋਮੀਟਰ ਬੈਰੋਮੀਟਰ ਸਪੀਡੋਮੀਟਰ ਕਨਵੈਨਸ਼ਨਲ ਵਾਚ ਵਗੈਰਾ ਇਹ ਸਾਰਾ ਕੁਝ ਕੀ ਹੈ ਇਹ ਐ ਐਨਾਲੋਗ ਕੰਪਿਊਟਰ ਦੀ ਹੈਨਾ ਜਿਵੇਂ థਰਮੋਮੀਟਰ ਕੀ ਹੈ ਇੱਕ ਤਰ੍ਹਾਂ ਦਾ ਟੈਂਪਰੇਚਰ ਨਾਪਣ ਵਾਲੀ ਮਸ਼ੀਨ ਹੈ ਬੈਰੋਮੀਟਰ ਵਾਯੂਮੰਡਲੀ ਪ੍ਰੈਸ਼ਰ ਨਾਪਣ ਵਾਲੀ ਮਸ਼ੀਨ ਹੈ ਸਪੀਡੋਮੀਟਰ ਤੁਹਾਡੀ ਬਾਈਕ ਦੇ ਵਿੱਚ ਲੱਗੀ ਹੋਈ ਹੈ ਜਿਹੜੀ ਸਪੀਡ ਨਾਪ ਕੇ ਦੱਸਦੀ ਹੈ ਹੈਨਾ ਵੋਲਟਮੀਟਰ ਹੈ ਕਰੰਟ ਵਾਸਤੇ ਜਾਂ ਵੋਲਟੇਜ ਨਾਪਣ ਵਾਸਤੇ ਯੂਜ਼ ਹੁੰਦੀ ਹੈ ਐਮਮੀਟਰ ਹੋ ਗਿਆ ਜਿਹੜਾ ਕਰੰਟ ਵਾਸਤੇ ਹੁੰਦਾ ਇਹ ਸਾਰਾ ਕੁਝ ਹੈ ਬਈ ਠੀਕ ਹੈ ਤਾਂ ਇਹ ਯਾਦ ਰੱਖਣਾ ਐਨਾਲੋਗ ਕੰਪਿਊਟਰ ਕਿਹੜੇ ਹੁੰਦੇ ਆ ਜਿਹੜੇ ਬਸ ਦੋ ਪੁਆਇੰਟ ਮੈਨ ਯਾਦ ਰੱਖਣ ਵਾਲੇ ਆ ਬਈ ਇਕ ਤਾਂ ਡਾਟਾ ਹਮੇਸ਼ਾ ਚੇਂਜ ਹੁੰਦਾ ਹੈ ਉਹਨੂੰ ਨਾਪਦੇ ਆਂ ਤੇ ਜੇ ਡਾਟਾ ਚੇਂਜ ਹੋ ਰਿਹਾ ਤਾਂ ਇਹਦਾ ਮਤਲਬ ਇਨਫੋਰਮੇਸ਼ਨ ਹੈ ਜਿਹੜੀ ਉਹ ਵੀ ਕੰਟੀਨਿਊਸ ਫਾਰਮ ਦੇ ਵਿੱਚ ਮਿਲੇਗੀ ਇਹ ਯਾਦ ਰੱਖਣਾ ਹੈ ਬਸ ਹੋਰ ਕੁਝ ਨਹੀਂ ਠੀਕ ਹੈ ਜਾਂ ਫਿਰ ਤੁਸੀਂ ਇਦਾਂ ਯਾਦ ਰੱਖ ਸਕਦੇ ਹੋ ਕਿ ਜਦ ਡਾਟਾ ਇਹ ਲੈਂਦੇ ਆ ਉਹ ਵੋਲਟੇਜ ਜਾਂ ਕਰੰਟ ਸਿਗਨਲਸ ਦੇ ਰੂਪ ਵਿੱਚ ਇਹ ਲੈਂਦੇ ਆ ਵੋਲਟੇਜ ਜਾਂ ਕਰੰਟ ਸਿਗਨਲ ਦੇ ਰੂਪ ਵਿੱਚ ਤੇ ਉਹਨਾਂ ਨੂੰ ਕਨਵਰਟ ਕਰਕੇ ਇਹ ਨੰਮੈਰਿਕ ਵੈਲਿਊ ਸਾਨੂੰ ਪ੍ਰੋਵਾਈਡ ਕਰਦੇ ਆਂ ਬਸ ਹੋਰ ਕੁਝ ਨਹੀਂ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਦਾਂ ਆ ਜਾਂਦਾ ਹੈ ਕਿ ਵੋਲਟਮੀਟਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਕੰਪਿਊਟਰ ਹੈ ਥਰਮੋਮੀਟਰ ਕਿਸ ਤਰ੍ਹਾਂ ਦਾ ਕੰਪਿਊਟਰ ਹੈ ਬੈਰੋਮੀਟਰ ਕਿਸ ਤਰ੍ਹਾਂ ਦਾ ਸਪੀਡੋਮੀਟਰ ਇਹ ਐਗਜ਼ਾਮਪਲ ਹੈਗੀਆਂ ਹਨ ਹਣਾ ਐਨਲੋਗ ਕੰਪਿਊਟਰ ਦੀ ਇਹ ਤੁਸੀਂ ਯਾਦ ਰੱਖਣੀ ਹੈ ਓਕੇ ਉਸ ਤੋਂ ਬਾਅਦ ਵੇਖ ਐਨਲੋਗ ਤੋਂ ਬਾਅਦ ਹੈਗਾ ਆਪਣਾ ਡਿਜੀਟਲ ਕੰਪਿਊਟਰ ਡਿਜੀਟਲ ਕੁਝ ਨਹੀਂ ਡਾਟਾ ਹੈ ਜਿਹੜਾ ਉਹ ਜਾਂਦਾ ਇਲੈਕਟ੍ਰਿਕ ਪਲਸ ਦੇ ਰੂਪ ਦੇ ਵਿੱਚ ਠੀਕ ਹੈ ਇਲੈਕਟ੍ਰਿਕ ਪਲਸ ਦੇ ਵਿੱਚ ਪਿਛਲੇ ਕੰਪਿਊਟਰਾਂ 'ਚ ਆਪਾਂ ਨੇ ਦੇਖਿਆ ਸੀਗਾ ਜਿਹੜੇ ਐਨਲੋਗ ਕੰਪਿਊਟਰ ਸੀ ਉੱਥੇ ਡਾਟਾ ਜਾ ਰਿਹਾ ਸੀ ਵੋਲਟੇਜ ਜਾਂ ਕਰੰਟ ਸਿਗਨਲ ਦੇ ਰੂਪ ਦੇ ਵਿੱਚ ਇੱਥੇ ਜਾ ਰਿਹਾ ਇਲੈਕਟ੍ਰਿਕ ਪਲਸ ਦੇ ਰੂਪ ਦੇ ਵਿੱਚ ਠੀਕ ਹੈ ਉੱਥੇ ਇਨਫੋਰਮੇਸ਼ਨ ਹੈ ਜਿਹੜੀ ਉਹ ਬਹੁਤ ਇੰਪੋਰਟੈਂਟ ਹੈ ਦੋਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਫਰਕ ਇਹੀ ਹੈ ਉੱਥੇ ਇਨਫੋਰਮੇਸ਼ਨ ਹਮੇਸ਼ਾ ਹਮੇਸ਼ਾ ਕੰਟੀਨਿਊਸ ਸੀਗੀ ਆਪਾਂ ਨੇ ਦੇਖਿਆ ਨਾ ਆ ਦੇਖੋ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਆਊਟਪੁੱਟ ਹੈ ਉਹ ਹਮੇਸ਼ਾ ਕੰਟੀਨਿਊਸ ਹੈਗੀ ਹੈ ਬਟ ਇੱਥੇ ਇਨਫੋਰਮੇਸ਼ਨ ਕੰਟੀਨਿਊਸ ਨਹੀਂ ਹੈਗੀ ਯਾਦ ਰ ਇੱਥੇ ਇਨਫੋਰਮੇਸ਼ਨ ਹੈ ਜਿਹੜੀ ਆਨ-ਆਫ ਮਿਲਦੀ ਹੈ ਸਾਨੂੰ ਆਨ-ਆਫ ਠੀਕ ਹੈ ਇੱਥੇ ਇਨਫੋਰਮੇਸ਼ਨ ਆਨ ਤੇ ਆਫ ਦੇ ਰੂਪ ਦੇ ਵਿੱਚ ਮਿਲਦੀ ਹੈ ਯਾਨੀ ਬਾਈਨਰੀ ਠੀਕ ਹੈ ਮਤਲਬ 0 ਤੇ 1 0 ਤੇ 1 ਇਹੀ ਹੁੰਦਾ ਹੈ ਨਾ 0 0 ਹੁੰਦਾ ਹੈ ਆਫ ਤੇ 1 ਹੁੰਦਾ ਹੈ ਆਨ ਯਾਦ ਰੱਖਣਾ ਹੈ ਭਾਈ ਐਨਲੌਗ ਤੇ ਡਿਜੀਟਲ ਦੇ ਵਿੱਚ ਬਸ ਜ਼ਿਆਦਾ ਨਹੀਂ ਦੋ ਤੁਸੀਂ ਫਰਕ ਯਾਦ ਰੱਖ ਲਓ ਐਨਲੌਗ ਕੰਪਿਊਟਰ ਦੇ ਵਿੱਚ ਡਾਟਾ ਜਿਹੜਾ ਉਹ ਹਮੇਸ਼ਾ ਚੇਂਜ ਹੋ ਕੇ ਜਾਂਦਾ ਹੈ ਆਲਵੇਸ ਚੇਂਜੇਬਲ ਹੈ ਤੇ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਉਹ ਹਮੇਸ਼ਾ ਕੰਟੀਨਿਊਸ ਫਾਰਮ ਦੇ ਵਿੱਚ ਮਿਲਦੀ ਹੈ ਇੱਥੇ ਅਜਿਹਾ ਬਿਲਕੁਲ ਵੀ ਨਹੀਂ ਹੈਗਾ ਡਿਜੀਟਲ ਦੇ ਵਿੱਚ ਠੀਕ ਹੈ ਇੱਥੇ ਇਨਫੋਰਮੇਸ਼ਨ ਜਿਹੜੀ ਮਿਲਦੀ ਹੈ ਸਾਨੂੰ ਓਨ ਆਫ ਦੇ ਰੂਪ ਦੇ ਵਿੱਚ ਮਿਲਦੀ ਹੈ ਯਾਦ ਰੱਖਣਾ ਇਹ ਹੀ ਸਭ ਤੋਂ ਮੇਨ ਹੈ ਠੀਕ ਹੈ ਬਾਕੀ ਇਹਨਾਂ ਦੀ ਸਪੀਡ ਫਾਸਟ ਹੁੰਦੀ ਹੈ ਲਾਰਜ ਕੈਪੈਸਿਟੀ ਇਹ ਵੋ ਇਹ ਰੱਖ ਲੈਣਾ ਤੁਸੀਂ ਯਾਦ ਬਸ ਇਹ ਡਿਜੀਟਲ ਹੈ ਜਿਹੜੇ ਬਾਈਨਰੀ ਦੇ ਉੱਤੇ ਵਰਕ ਕਰਦੇ ਆ ਓਨ ਆਫ ਇਹਨਾਂ ਦੇ ਵਿੱਚ ਹੁੰਦਾ ਹੈ ਇਨਫੋਰਮੇਸ਼ਨ ਕੀ ਹੈ ਕੰਟੀਨਿਊਸ ਨਹੀਂ ਮਿਲਦੀ ਓਕੇ ਬਾਕੀ ਇਹ ਡਿਜੀਟਲ ਦੀ ਇਗਜ਼ਾਮਪਲ ਆ ਤੁਹਾਨੂੰ ਹੈਗੀ ਆ ਕੁਝ ਵੀ ਦੱਸਣ ਦੀ ਲੋੜ ਨਹੀਂ ਅੱਜ ਕੱਲ ਡਿਜੀਟਲ ਜਮਾਨਾ ਹੈ ਤੁਹਾਨੂੰ ਸਾਰੇ ਪਤਾ ਡਿਜੀਟਲ ਬਾਰੇ ਠੀਕ ਹੈ ਤਾਂ ਐਨਲੌਗ ਤੇ ਡਿਜੀਟਲ ਦੇ ਵਿੱਚ ਸਭ ਤੋਂ ਮੇਨ ਜਿਹੜਾ ਫਰਕ ਹੈਗਾ ਉਹ ਇਹੀ ਹੈ ਸਭ ਤੋਂ ਮੇਨ ਚੀਜ਼ ਜਿਹੜੀ ਆਪਾਂ ਨੇ ਯਾਦ ਰੱਖਣੀ ਹੈ ਡਾਟਾ ਹਮੇਸ਼ਾ ਚੇਂਜ ਹੁੰਦਾ ਹੈ ਇਨਫੋਰਮੇਸ਼ਨ ਹਮੇਸ਼ਾ ਕੰਟੀਨਿਊਸ ਹੁੰਦੀ ਹੈ ਬਸ ਇਹੀ ਮੇਨ ਚੀਜ਼ ਹੈ ਐਨਲੌਗ ਕੰਪਿਊਟਰਾਂ ਦੇ ਵਿੱਚ ਠੀਕ ਹੈ ਇੱਥੇ ਕੀ ਹੈ ਇੱਥੇ ਬਾਈਨਰੀ ਸਿਸਟਮ ਯੂਜ਼ ਹੋ ਰਿਹਾ ਹੈ ਯਾਨੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਨਫੋਰਮੇਸ਼ਨ ਹੈਗੀ ਹੈ ਉਹ ਜ਼ੀਰੋ ਤੇ 1 ਯਾਨੀ ਓਨ ਆਫ ਦੇ ਵਿੱਚ ਜਾਂ ਆਫ ਓਨ ਦੇ ਵਿੱਚ ਸਾਨੂੰ ਮਿਲਦੀ ਹੈ ਕੰਟੀਨਿਊਸ ਨਹੀਂ ਹੈਗੀ ਇਹ ਸਭ ਤੋਂ ਮੇਨ ਚੀਜ਼ ਹੈਗੀ ਹੈ ਯਾਦ ਰੱਖਣ ਵਾਲੀ ਬਸ ਔਰ ਆਪਾਂ ਨੇ ਕੁਝ ਨਹੀਂ ਯਾਦ ਰੱਖਣਾ ਠੀਕ ਹੈ ਜਿਸ ਟਾਈਪ ਦਾ ਕੁਐਸਚਨ ਆਂਦਾ ਉਹ ਮੈਂ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਕਵਰ ਕਰ ਦੂੰ ਟੈਨਸ਼ਨ ਫਰੀ ਰਹੋ ਉਸ ਤੋਂ ਬਾਅਦ ਬਈ ਹਾਈਬ੍ਰਿਡ ਕੰਪਿਊਟਰ ਹਾਈਬ੍ਰਿਡ ਕੁਛ ਨਹੀਂ ਇਹ ਕੰਬੀਨੇਸ਼ਨ ਹੈ ਦੋਹਾਂ ਦਾ ਡਿਜੀਟਲ ਤੇ ਐਨਲੌਗ ਦਾ ਤੇ ਜਿੱਥੇ ਆਟੋਮੈਟਿਕ ਆਪਰੇਸ਼ਨ ਕਰਨੇ ਹੁੰਦੇ ਆ ਉੱਥੇ ਇਹਨਾਂ ਦੀ ਯੂਜ਼ ਪੈਂਦੀ ਹੈ ਆਟੋਮੈਟਿਕ ਆਪਰੇਸ਼ਨਸ ਦੇ ਵਿੱਚ ਇਹਦਾ ਇਸਤੇਮਾਲ ਹੁੰਦਾ ਫੋਰ ਏਗਜ਼ਾਮਪਲ ਆਟੋਮੈਟਿਕ ਆਪਰੇਸ਼ਨ ਕਿੱਥੇ ਰੋਬੋਟ ਵਗੈਰਾ ਜਿਹੜੇ ਹੁੰਦੇ ਆ ਉਹ ਆਟੋਮੈਟਿਕ ਆਪਰੇਸ਼ਨ ਹੁੰਦੇ ਆ ECG ਮਸ਼ੀਨ ਹੁੰਦੀ ਹੈ ਇਲੈਕਟ੍ਰੋਕਾਰਡੀਓਗ੍ਰਾਫ ਜਿਹੜੇ ਡਾਕਟਰ ਯੂਜ਼ ਕਰਦੇ ਆ ਹਾਰਟ ਸਪੈਸ਼ਲਿਸਟ ਜਿਹੜੇ ਹੁੰਦੇ ਆ ਹਨਾ ਜਾਂ ਹਾਰਟ ਦੀ ਮਤਲਬ ਜੋ ਫੰਕਸ਼ਨਿੰਗ ਹੈਗੀ ਆ ਉਹ ਚੈੱਕ ਕਰਨ ਦੇ ਲਈ ECG ਮਸ਼ ਇਹ ਯਾਦ ਰੱਖਣੇ ਆ ਇਹ ਡਾਇਰੈਕਟ ਕੁਐਸਚਨ ਆ ਜਾਂਦੇ ਆ ਬਈ ਰੋਬੋਟ ਕਿਹੋ ਜਿਹਾ ਕੰਪਿਊਟਰ ਹੈਗਾ ECG ਦੇ ਵਿੱਚ ਕਿਹੋ ਜਿਹਾ ਕੰਪਿਊਟਰ ਹੁੰਦਾ ਹੈ ATM ਦੇ ਵਿੱਚ ਠੀਕ ਹੈ ਜਾਂ ਫਿਰ ਕੁਐਸਚਨ ਇਹ ਡਾਇਰੈਕਟ ਪੁੱਛਿਆ ਜਾਂਦਾ ਹੈ ਕਿ ਆਟੋਮੈਟਿਕ ਆਪਰੇਸ਼ਨਸ ਦੇ ਲਈ ਕਿਹੜਾ ਕੰਪਿਊਟਰ ਯੂਜ਼ ਕਰਿਆ ਜਾਂਦਾ ਹੈ ਹਾਈਬ੍ਰਿਡ ਕੰਪਿਊਟਰ ਯੂਜ਼ ਕਰਿਆ ਜਾਂਦਾ ਹੈ ਜਾਂ ਫਿਰ ਕੁਐਸਚਨ ਇਹ ਆ ਜਾਂਦਾ ਹੈ ਕਿ ਡਿਜੀਟਲ ਤੇ ਐਨਲੋਗ ਕੰਪਿਊਟਰ ਨੂੰ ਮਿਲਾ ਕੇ ਕਿਹੜਾ ਕੰਪਿਊਟਰ ਬਣਦਾ ਹੈ ਹਾਈਬ੍ਰਿਡ ਓਕੇ ਬਸ ਹੋਰ ਕੁਛ ਯਾਦ ਰੱਖਣੇ ਇਹ ਤਾਂ ਹੋ ਗਿਆ ਟੈਕਨੋਲੋਜੀ ਦੇ ਹਿਸਾਬ ਨਾਲ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੇ ਤ analog digital te hybrid analog ਤੁਹਾਨੂੰ ਪਤਾ ਹੈ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ ਜਿੱਥੇ ਡਾਟਾ ਹਮੇਸ਼ਾ ਚੇਂਜ ਹੋ ਕੇ ਜਾ ਰਿਹਾ ਉੱਥੇ ਇਨਫੋਰਮੇਸ਼ਨ ਹੈ ਜਿਹੜੀ ਉਹ ਕੰਟੀਨਿਊਸ ਮਿਲਦੀ ਹੈ analog ਹੋ ਗਿਆ digital ਦੇ ਵਿੱਚ on off ਦੇ ਰੂਪ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਦੋਹਾਂ ਨੂੰ ਮਿਲਾ ਕੇ ਕੀ ਬਣਦਾ ਹੈ hybrid ਬਣਦਾ ਹੈ ਉਸ ਤੋਂ ਬਾਅਦ ਵੀ ਆਪਾਂ ਗੱਲ ਕਰਦੇ ਹਾਂ ਸਾਈਜ਼ ਦੇ ਹਿਸਾਬ ਨਾਲ ਕੈਪੈਸਿਟੀ ਦੇ ਹਿਸਾਬ ਨਾਲ ਪਾਵਰ ਦੇ ਹਿਸਾਬ ਨਾਲ ਤੁਸੀਂ ਬੋਲ ਦੋ ਕੋਸਟ ਦੇ ਹਿਸਾਬ ਨਾਲ ਬੋਲ ਦੋ ਕੰਪਿਊਟਰ ਨੂੰ ਆਪਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਵੰਡਤਾ ਮੈਕਰੋ ਮਿਨੀ ਤੇ ਮੈਕਰੋ ਮੈਕਰੋ ਮਤਲਬ ਬਹੁਤ ਵੱਡੇ ਕੰਪਿਊਟਰ ਜਿਹੜੇ ਹੁੰਦੇ ਆ ਵੈਰੀ ਲਾਰਜ ਕੰਪਿਊਟਰ ਬਹੁਤ ਜ਼ਿਆਦਾ ਕੋਸਟਲੀ ਬੋਲਦਾ ਸਭ ਤੋਂ ਵੱਡੇ ਕੰਪਿਊਟਰ ਇਹੀ ਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਗੱਲ ਕਰਾਂ ਸੁਪਰ ਕੰਪਿਊਟਰਾਂ ਦੀ ਸੁਪਰ ਕੰਪਿਊਟਰ ਠੀਕ ਹੈ ਤੇ ਮੇਨ ਫਰੇਮ ਕੰਪਿਊਟਰ ਇਹ ਤੁਸੀਂ ਵਰਡ ਦੋਨੇ ਸੋਨੇ ਹੋਣੇ ਪਹਿਲਾਂ ਮੇਨ ਫਰੇਮ ਕੰਪਿਊਟਰ ਠੀਕ ਹੈ ਇਹ ਮੈਕਰੋ ਹੋਗੇ ਉਸ ਤੋਂ ਛੋਟੇ ਹੁੰਦੇ ਆ ਮਿਨੀ ਕੰਪਿਊਟਰ ਉਸ ਤੋਂ ਛੋਟੇ ਕਿਹੜੇ ਹੁੰਦੇ ਆ ਮਿਨੀ ਕੰਪਿਊਟਰ ਹੁੰਦੇ ਆ ਬਈ ਤੇ ਮਿਨੀ ਤੋਂ ਵੀ ਛੋਟੇ ਹੁੰਦੇ ਆ ਮਾਈਕਰੋ ਕੰਪਿਊਟਰ ਮਾਈਕਰੋ ਕੰਪਿਊਟਰ ਮਤਲਬ ਜਿਹੜੇ ਆਪਣਾ ਪੀਸੀ ਹੋ ਗਿਆ ਲੈਪਟਾਪ ਹੋ ਗਿਆ ਹੈਨਾ ਇਹ ਸਾਰੇ ਮੋਬਾਈਲ ਹੋ ਗਿਆ ਇਹ ਸਾਰੇ ਮਾਈਕਰੋ ਕੰਪਿਊਟਰ ਹੈ ਤਾਂ ਸਭ ਤੋਂ ਵੱਡੇ ਜਿਹੜੇ ਹੁੰਦੇ ਆ ਮੈਕਰੋ ਮੈਕਰੋ ਤੋਂ ਬਾਅਦ ਮਿਨੀ ਤੇ ਮਿਨੀ ਤੋਂ ਬਾਅਦ ਮਾਈਕਰੋ ओके ਇਹ ਤਿੰਨ ਕੰਪਿਊਟਰ ਇਹ ਤਿੰਨ ਹੈਗੇ ਆ ਬਈ ਜਾਂ ਫਿਰ ਕਈ ਬੁੱਕ ਕੀ ਕਰਦੀਆਂ ਇਹ ਚਾਰ ਕੰਪਿਊਟਰ ਮਤਲਬ ਚਾਰ ਹਿੱਸਿਆਂ ਦੇ ਵਿੱਚ ਇਹਨੂੰ ਵੰਡਦੇ ਆ ਪਹਿਲਾਂ ਉਹ ਲਿਖਦੇ ਆ ਸੁਪਰ ਕੰਪਿਊਟਰ ਫਿਰ ਉਹ ਲਿਖਦੇ ਆ ਮੇਨ ਫਰੇਮ ਕੰਪਿਊਟਰ ਫਿਰ ਉਹ ਤੀਜਾ ਲਿਖਦੇ ਆ ਮਿਨੀ ਫਰੇਮ ਕੰਪਿਊਟਰ ਤੇ ਫਿਰ ਉਹ ਚੌਥਾ ਲਿਖਦੇ ਆ ਮਾਈਕਰੋ ਕੰਪਿਊਟਰ ਉਹ ਵੀ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇੱਥੇ ਆਪਾਂ ਨੇ ਪੜ੍ਹਨੀ ਤਾਂ ਦੋਨੇ ਹੀ ਆ ਸੁਪਰ ਵੀ ਤੇ ਮੇਨ ਫਰੇਮ ਵੀ ਠੀਕ ਹੈ ਸੁਪਰ ਵੀ ਤੇ ਮੇਨ ਫਰੇਮ ਵੀ ओके ਤਾਂ ਆਪਾਂ ਮੈਕਰੋ ਤੋਂ ਸ਼ੁਰੂ ਕਰਦੇ ਆਂ ਬਈ ਮੈਕਰੋ ਮਤਲਬ ਬਹੁਤ ਵੱਡੇ ਕੰਪਿਊਟਰ ਪਰ ਨੋਰਮਲ ਜੀ ਗੱਲ ਹੈ ਇਹ ਲਾਰਜੈਸਟ ਕੰਪਿਊਟਰ ਹੁੰਦੇ ਆਂ ਹਰ ਮਾਮਲੇ ਦੇ ਵਿੱਚ ਸਾਈਜ਼ ਕਪੈਸਿਟੀ ਸਪੀਡ ਪਾਵਰ ਪੋਸਟ ਸਭ ਹਰ ਮਾਮਲੇ ਦੇ ਵਿੱਚ ਇਹ ਲਾਰਜੈਸਟ ਕੰਪਿਊਟਰ ਹੈ ਗਿਆ ਦੋ ਤਰ੍ਹਾਂ ਦੇ ਹੈ ਮੈਂ ਤੁਹਾਨੂੰ ਦੱਸਿਆ ਇੱਕ ਸੁਪਰ ਹੋ ਗਿਆ ਇੱਕ ਮੇਨਫ੍ਰੇਮ ਕੰਪਿਊਟਰ ਹੋ ਗਿਆ ਆ ਜੋ ਫਿਰ ਸੁਪਰ ਕੰਪਿਊਟਰ ਬਾਰੇ ਦੇਖਦੇ ਆਂ ਬਈ ਸਭ ਤੋਂ ਪਹਿਲਾਂ ਆਪਾਂ ਮੋਸਟ ਪਾਵਰਫੁਲ ਕੰਪਿਊਟਰ ਹੈ ਦੁਨੀਆ ਦੇ ਓਕੇ ਕਿੱਥੇ ਇਸਤੇਮਾਲ ਹੁੰਦੇ ਆ ਜਿੱਥੇ ਅਰਬਾਂ ਕੈਲਕੂਲੇਸ਼ਨ ਕਰਨੀ ਹੁੰਦੀ ਹੈ ਪਰ ਸਕਿਟ ਅਰਬਾਂ ਕੈਲਕੂਲੇਸ਼ਨ ਜਿੱਥੇ ਯੂਜ਼ ਕਰਨੀ ਆਪਾਂ ਨੇ ਹਨਾ ਕੈਲਕੂਲੇਟ ਕਰਨੀ ਆ ਉੱਥੇ ਸੁਪਰ ਕੰਪਿਊਟਰਾਂ ਦਾ ਯੂਜ਼ ਹੁੰਦਾ ਹੈ ਯਾਦ ਰੱਖਣਾ ਠੀਕ ਹੈ ਤਾਂ ਇਹ ਡਾਇਰੈਕਟ ਕੁਐਸਚਨ ਪੁੱਛੇ ਜਾਂਦਾ ਜਿਵੇਂ ਕਿ ਐਗਜ਼ਾਮਪਲ ਕਿੱਥੇ ਵਰਤੇ ਜਾ ਸਕਦੇ ਨੇ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਮਾਰਕੀਟ ਹੈ ਕਿਉਂਕਿ ਉੱਥੇ ਸਕਿੰਟਾਂ ਦੇ ਵਿੱਚ ਸ਼ੇਅਰ ਦੀ ਵੈਲਿਊ ਅਪ ਡਾਊਨ ਹੁੰਦੀ ਹੈ ਹਨਾ ਉਹ ਸਾਰਾ ਕੁਝ ਹੈ ਵੈਦਰ ਫੋਰਕਾਸਟਿੰਗ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਈ ਮੌਸਮ ਦਾ ਅਨੁਮਾਨ ਲਗਾਣਾ ਠੀਕ ਹੈ ਆਪਣਾ ਮੋਬਾਈਲ ਦੇਖ ਕੇ ਆਪਾਂ ਕਹਿ ਦੇ ਦਿੰਦੇ ਕਿ ਕੱਲ ਬਾਰਿਸ਼ ਹੋਊਗੀ ਜਾਂ ਨਹੀਂ ਹੋਊਗੀ ਪਰਸ਼ੋਕ ਇਹ ਸਾਰਾ ਕੁਝ ਕੌਣ ਕੌਣ ਕੈਲਕੂਲੇਟ ਕਰਦਾ ਹੈ ਮੌਸਮ ਦਾ ਪਲਪਲ ਚੇਂਜ ਹੁੰਦਾ ਤਾਂ ਇਹ ਸਾਰਾ ਕੁਝ ਜੋ ਸੁਪਰ ਕੰਪਿਊਟਰ ਕੈਲਕੂਲੇਟ ਕਰਦੇ ਆ ਇਸ ਤੋਂ ਇਲਾਵਾ ਪਰਮਾਣੂ ਰਿਸਰਚ ਨਿਊਕਲੀਅਰ ਰਿਸਰਚ ਦੇ ਵਿੱਚ ਜਾਂ ਇਲੈਕਟ੍ਰਿਕ ਡਿਜ਼ਾਈਨ ਦੇ ਵਿੱਚ ਹੈ ਨਾ ਇਹ ਸਾਰਿਆਂ ਦੇ ਵਿੱਚ ਸੁਪਰ ਕੰਪਿਊਟਰ ਇਸਤੇਮਾਲ ਹੁੰਦੇ ਆ ਸਪੀਡ ਇਹਨਾਂ ਦੀ ਨਾਪੀ ਜਾਂਦੀ ਹੈ ਫਲੋਪਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਫਲੋਪਸ ਦੇ ਵਿੱਚ ਇਹਨਾਂ ਦੀ ਸਪੀਡ ਨਾਪੀ ਜਾਂਦੀ ਹੈ ਫਲੋਪਸ ਦਾ ਮਤਲਬ ਤੁਸੀਂ ਯਾਦ ਰੱਖਣਾ ਹੈ ਫਲੋਪ ਦੀ ਫੁੱਲ ਫਾਰਮ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਠੀਕ ਹੈ ਬਹੁਤ ਇੰਪੋਰਟੈਂਟ ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਹੈ ਜਿਆਦਾਤਰ ਆਪਸ਼ਨ ਹੁੰਦਾ ਹੈ CREDA ਜਿਹੜਾ ਕਿ 1976 ਦੇ ਵਿੱਚ ਬਣ ਕੇ ਰੈਡੀ ਹੋਇਆ ਸੀ ਯੂ ਐਸ ਏ ਅਮਰੀਕਾ ਦਾ ਹਾਲਾਂਕਿ ਬਣਾੜਤਾ ਇਹਨੂੰ 1960 ਦੇ ਨੇੜੇ ਤੇ ਜੜੀ ਲੱਗੇ ਸੀ ਉਸ ਦੇ ਸੱਕਦੇ ਵਿੱਚ ਬਟ ਜਦੋਂ ਰੈਡੀ ਹੋਇਆ ਆਪਾਂ ਉਹ ਪਸੰਨ ਯਾਦ ਰੱਖਾਂਗੇ 1976 ਕਈ ਵਾਰ ਇਹ ਆਪਸ਼ਨ ਦੇ ਵਿੱਚ ਨਹੀਂ ਮਿਲਦਾ ਤਾਂ ਇਹ ਵੀ ਮਿਲ ਜਾਂਦਾ ਹੈ ਕਈ ਵਾਰ ਇਸ ਨੂੰ ਵੀ ਬਹੁਤ ਸਾਰੀ ਬੁੱਕ ਹੈ ਜਿਹੜੀ ਇਸ ਨੂੰ ਵੀ ਕਹਿੰਦੇ ਆ ਕਿ ਸੀ ਡੀ ਸੀ 640 ਜਿਹੜਾ ਹੈਗਾ 1964 ਦੇ ਵਿੱਚ ਇਹ ਵੀ ਯੂਐਸਏ ਨੇ ਹੀ ਬਣਾਇਆ ਸੀ ਇਹ ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਸੀ ਬਟ ਜ਼ਿਆਦਾਤਰ ਪੇਪਰ ਦੇ ਵਿੱਚ 90% ਐਗਜ਼ਾਮਸ ਦੇ ਵਿੱਚ ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਇਹਨੂੰ ਮਤਲਬ ਪੁੱਛਿਆ ਹੋਇਆ ਹੁੰਦਾ ਠੀਕ ਹੈ অপਸ਼ਨ ਦੇ ਵਿੱਚ ਸਿਰਫ ਇਹ ਹੁੰਦਾ ਇਹ ਹੁੰਦਾ ਹੀ ਨਹੀਂ ਠੀਕ ਹੈ ਬਟ ਮੈਂ ਤੁਹਾਨੂੰ ਦੋਨੇ ਦੱਸਿਆ ਹੈ ਜਿਸ ਹਿਸਾਬ ਨਾਲ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਜਿਸ ਹਿਸਾਬ ਨਾਲ অপਸ਼ਨ ਦੇ ਜਾਂਦੇ ਆ ਉਸ ਹਿਸਾਬ ਨਾਲ ਤੁਸੀਂ ਕਰ ਲੈਣਾ ਠੀਕ ਹੈ ਬਟ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹੀ ਆਉਂਦਾ ਹੈ ਕ੍ਰੇਵਨ ਠੀਕ ਹੈ ਅਮਰੀਕਾ ਨੇ ਬਣਾਇਆ ਫਿਰ ਆਪਾਂ ਗੱਲ ਕਰਦੇ ਆਂ ਇੰਡੀਆ ਦੀ ਇੰਡੀਆ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀਗਾ ਪਰਮ 8000 ਪਰਮ ਦੇ ਨਾਲ ਨਾਲ 8000 ਵੀ ਯਾਦ ਰੱਖਣਾ ਕਿਉਂਕਿ ਕਈ ਵਾਰ ਆਪਸ਼ਨ ਪਤਾ ਕਿਹੋ ਜਿਹਾ ਆ ਜਾਂਦੇ ਆ ਪਰਮ ਪਰਮ 8000 ਪਰਮ 800 ਪਰਮ 8000 8 ਐਦਾਂ ਆਪਸ਼ਨ ਦੇਖਣ ਨੂੰ ਮਿਲਦੇ ਆ ਤਾਂ ਪੂਰਾ 8000 ਯਾਦ ਰੱਖਣਾ ਹੈ ਕਿੰਨੇ ਬਣਾਇਆ ਸੀ ਤਾਂ ਇੱਕ ਸੰਸਥਾ ਹੈ ਪੂਨੇ ਦੀ CDAC ਇਹਨਾਂ ਨੇ 1991 ਦੇ ਵਿੱਚ ਇਸ ਨੂੰ ਬਣਾਇਆ ਸੀ CDAC ਦੀ ਫੁੱਲ ਫਾਰਮ ਹੈ ਜਿਹੜੀ ਉਹ ਵੀ ਯਾਦ ਰੱਖਣੀ ਹੈ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ ਓਕੇ ਯਾਦ ਰੱਖਣਾ ਹੈ ਭਾਈ ਤੇ ਐਟ ਪ੍ਰੈਜ਼ੈਂਟ ਐਟ ਪ੍ਰੈਜ਼ੈਂਟ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਕਿਹੜਾ ਹੈ ਫਾਸਟੈਸਟ ਸੁਪਰ ਕੰਪਿਊਟਰ ਕਿਹੜਾ ਹੈ ਭਾਈ ਫਰੰਟੀਅਰ ਫਰੰਟੀਅਰ ਕਿਨਾਂ ਦਾ ਹੈ ਯੂ ਐਸ ਏ ਦਾ ਠੀਕ ਹੈ ਤੁਹਾਡੇ ਟਾਈਮ ਪਹਿਲਾਂ ਫੁਗਾਕੂ ਸੀਗਾ ਜਪਾਨ ਦਾ ਠੀਕ ਹੈ ਤੇ ਕਦੇ ਤੁਸੀਂ ਕਹੋਗੇ ਤੁਸੀਂ ਪੜਿਆ ਹੋਇਆ ਵੀ ਫੁਗਕ ਫੁਗਾਕੂ ਹੈਗਾ ਫੁਗਾਕੂ ਪਹਿਲਾਂ ਸੀਗਾ ਠੀਕ ਹੈ ਐਟ ਪ੍ਰੈਜ਼ੈਂਟ ਆਪਾਂ ਗੱਲ ਕਰਦੇ ਹਾਂ ਹੁਣ ਅਗਸਤ ਦੇ ਵਿੱਚ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਨਾ ਕਦੇ ਤੁਸੀਂ ਬਾਅਦ ਚ ਦੇਖੋ ਅਗਸਤ 2022 ਲੇਟੈਸਟ ਹੈਗਾ ਬਈ ਫਰੰਟੀਅਰ ਅਮਰੀਕਾ ਦਾ ਫਾਸਟੈਸਟ ਕੰਪਿਊਟਰ ਓਕੇ ਆਪਾਂ ਹੁਣ ਆਪਣੇ ਇੰਡੀਆ ਦੇ ਪਰਮ ਬਾਰੇ ਦੇਖ ਲੈਂਦੇ ਆ ਕੁਝ ਲੇਟੈਸਟ ਇਹਨਾਂ ਦੇ ਐਡੀਸ਼ਨ ਹੈਗੇ ਆ 20 ਤੇ 22 ਦੇ ਵਿੱਚ ਪਰਮ ਸਿੱਧੀ AI AC डेਕ ਪੂਨੇ ਉੱਥੇ ਮਿਲੂਗਾ ਤੁਹਾਨੂੰ ਪਰਮ ਸੰਗਣਕ ਤੇ IIT ਖਾਨਪੂਰ ਦੇ ਵਿੱਚ ਮਿਲੂਗਾ ਪਰਮ ਪਰਵੇਗਾ 2022 AI IISc ਇੰਟਰ ਸਾਇੰਸ ਠੀਕ ਹੈ ਨਾ ਇਹਦਾ SC ਦਾ ਮਤਲਬ ਹੈ ਸਾਇੰਸ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਹ ਬੈਂਗਲੁਰੂ ਦੇ ਵਿੱਚ ਮਿਲੂਗਾ परम गंगा ए आईआईटी रुड़की ते परम शक्ति आईआईटी खडकपुर वेस्ट बंगाल ਦੇ ਵਿੱਚ ਤੁਹਾਨੂੰ ਮਿਲੇਗਾ। ਓਕੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਪੂਰੀ ਦੁਨੀਆ ਦੇ ਜਿਹੜੇ ਇੰਪੋਰਟੈਂਟ ਸੁਪਰ ਕੰਪਿਊਟਰ ਹੈਗੇ ਆ ਉਹਨਾਂ ਬਾਰੇ ਦੇਖ ਲਓ। ਐਟ ਪ੍ਰੈਸੈਂਟ ਠੀਕ ਹੈ ਨਾ ਸਭ ਤੋਂ ਤੇਜ਼ ਕਿਹੜਾ ਹੈ ਬਈ ਫਰੰਟੀਅਰ ਫਰੰਟੀਅਰ ਦੇ ਦੂਜੇ ਨਾਮ ਕਿਹੜੇ-ਕਿਹੜੇ ਆ ਹੈਵਲੈਟ ਪੈਕਰਡ ਐਂਟਰਪ੍ਰਾਈਜ਼ ਫਰੰਟੀਅਰ ਇਹ ਪੂਰਾ ਨਾਮ ਇਹਦਾ ਹੈਗਾ ਬਟ ਆਪਾਂ ਸ਼ੋਰਟ ਚ ਫਰੰਟੀਅਰ ਬੋਲਦੇ ਆ ਜਾਂ ਫਿਰ ਇਸ ਤੋਂ ਇਲਾਵਾ ਓ ਐਲ CF5 ਠੀਕ ਹੈ ਇਹ ਅਮਰੀਕਾ ਦਾ ਮਤਲਬ ਸੇਮ ਹੀ ਸਾਰੇ ਇਹਦੇ ਨਾਂ ਹੈਗੇ ਆ ਉਸ ਤੋਂ ਬਾਅਦ ਫੁਗਾਕੂ ਜਪਾਨ ਦਾ ਠੀਕ ਹੈ ਵਿਕਰਮ ਇਹ ਇੰਡੀਆ ਦਾ ਇਕਾ ਇੰਡੀਆ ਦਾ ਪ੍ਰਤੀਯੂਸ਼ ਮਿਹਰ ਸਾਗਾ ਸੁਪਰਨੋਵਾ ਇਹ ਵੀ ਪਰ ਵਾਲਾ ਦਾ ਇਹ ਸਾਰੇ ਇੰਡੀਆ ਦੇ ਹੈਗੇ ਆ ਇਹ ਸਾਰੇ ਇੰਡੀਆ ਦੇ ਆ ਠੀਕ ਹੈ ਜੀ ਇਹ ਅਮਰੀਕਾ ਦਾ ਐਡ ਪ੍ਰੈਜ਼ੈਂਟ ਹੈਗਾ ਤੇ ਇਹ ਫੁਗਾਕੂ ਜਪਾਨ ਦਾ ਹੈ ਇਸ ਤੋਂ ਇਲਾਵਾ ਇਹ ਇੱਕ ਸੁਪਰ ਕੰਪਿਊਟਰ ਦੇਖ ਲਓ ਤੁਸੀਂ ਇਹ ਪੂਰੀ ਦੁਨੀਆ ਦੇ ਸਭ ਤੋਂ ਤੇਜ਼ ਵਾਲੇ ਹੈਗੇ ਆ ਪੂਰੀ ਦੁਨੀਆ ਦੇ ਜਿਹੜੇ ਸਭ ਤੋਂ ਤੇਜ਼ ਵਾਲੇ ਆ ਇਹਦੇ ਚ ਫਰੰਟੀਅਰ ਹੋ ਗਿਆ ਇੱਕ ਤਾਂ ਨੰਬਰ 1 ਉਸ ਤੋਂ ਬਾਅਦ ਫੁਗਾਕੂ ਤੇ IBM ਸਮਿਟ ਇਹ 2018 ਵਾਲਾ ਹੈਗਾ IBM ਸਮਿਟ IBM ਸਮਿਟ USA ਦਾ ਸੀਗਾ ਇਹਨੂੰ ਕ੍ਰੋਸ ਕਰਕੇ ਫੁਗਾਕੂ ਬਣਿਆ ਸੀ ਤੇ ਫੁਗਾਕੂ ਨੂੰ ਕ੍ਰੋਸ ਕਰਕੇ ਹੁਣ ਫਰੰਟੀਅਰ ਬਣਿਆ 2022 ਦੇ ਵਿੱਚ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਠੀਕ ਹੈ ਇਸ ਤੋਂ ਇਲਾਵਾ ਇਹ ਬਾਕੀ ਹੈਗੇ ਜੇ ਤੁਸੀਂ ਐਕਸਟਰਾ ਯਾਦ ਕਰਨੇ ਕਰ ਸਕੋ ਅਦਰਵਾਈਜ਼ ਇਹ ਤਿੰਨ ਵੀ ਯਾਦ ਰੱਖ ਲਓ ਚੱਲ ਜੂਗਾ ਕੰਮ ਆਪਣੇ ਵਾਲੇ ਯਾਦ ਰੱਖ ਲਓ ਠੀਕ ਹੈ ਉਸ ਤੋਂ ਬਾਅਦ ਬਈ ਉਸ ਤੋਂ ਬਾਅਦ ਆਪਣਾ ਇਹ ਤੁਸੀਂ ਯਾਦ ਰੱਖਣੇ ਆ ਜਰੂਰ ਕਿਉਂਕਿ ਇਹਦੇ ਤੇ ਇੱਕ ਵੀ ਕਰੰਟ ਦੇ ਨਾਲ ਰਿਲੇਟ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਦਾਂ ਇੰਡੀਆ ਦੇ ਤਿੰਨ ਕੰਪਿਊਟਰ ਹੈਗੇ ਆ ਜਿਹੜੇ ਦੁਨੀਆ ਦੇ ਟੌਪ 500 ਦੇ ਵਿੱਚ ਆਉਂਦੇ ਆ। ਉਹ ਕਿਹੜੇ-ਕਿਹੜੇ ਆ 111ਵੇਂ ਰੈਂਕ ਤੇ ਆਪਣਾ ਹੈਗਾ ਬਈ ਪਰਮ ਸiddhi AI ਠੀਕ ਹੈ ਪਰਮ ਸiddhi ਸੈਂਟਰ ਆਫ ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ ਯਾਨੀ ਸੀ ਡੈਕ ਨੇ ਹੀ ਇਹਨੂੰ ਕੀ ਹੈ ਬਣਾਇਆ ਠੀਕ ਹੈ 132ਵੇਂ ਰੈਂਕ ਤੇ ਹੈਗਾ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੈਟਰੋਲੋਜੀ ਦੇ ਵਿੱਚ ਪਰਤੀ ਉਸ ਠੀਕ ਹੈ ਤੇ 299 ਰੈਂਕ ਤੇ ਹੈਗਾ ਆ ਮੀਹਰ ਜਿਹੜਾ ਕਿ ਤੁਹਾਨੂੰ ਮਿਲੂਗਾ ਨੈਸ਼ਨਲ ਸੈਂਟਰ ਫਾਰ మీడియం ਰੇਂਜ ਵੈਦਰ ਫੋਰਕਾਸਟਿੰਗ ਮੌਸਮ ਬਾਰੇ ਜਾਣਕਾਰੀ ਦੇਣ ਵਾਲੀ ਜਿਹੜੀ ਸੰਸਥਾ ਹੈਗੀ ਆ ਉਹ ਸਾਰਾ ਕੁਝ ਠੀਕ ਹੈ ਤਾਂ ਇਹ ਯਾਦ ਰੱਖਣੀ ਹੈ ਬਈ ਇਹ ਤਿੰਨ ਆਪਣੇ ਇੰਡੀਆ ਦੇ ਹੈਗੇ ਆ ਸਭ ਤੋਂ ਤੇਜ਼ ਵਾਲੇ ਤੇ ਪੂਰੀ ਦੁਨੀਆ ਦੇ ਵਿੱਚ ਇਹ ਇਹਨਾਂ ਦੇ ਰੈਂਕ ਹੈਗੇ ਆ ਇਹ ਬਿਲਕੁਲ ਲੇਟੈਸਟ ਜੂਨ 2022 ਦੀ ਰਿਪੋਰਟ ਹੈਗੀ ਆ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜੂਨ 2022 ਦੇ ਵਿੱਚ ਇਹ ਰਿਪੋਰਟ ਆਈ ਸੀ ਉਸ ਰਿਪੋਰਟ ਦੇ ਹਿਸਾਬ ਨਾਲ ਇਹ ਇੰਡੀਆ ਦੇ ਤਿੰਨ ਕੰਪਿਊਟਰ ਹੈਗੇ ਆ। ਬਾਕੀ ਕੁਝ ਕੁਐਸਚਨ ਹੈ ਜਿਹੜੇ ਸੁਪਰ ਕੰਪਿਊਟਰ ਦਾ ਇਸਤੇਮਾਲ ਕਿੱਥੇ ਹੁੰਦਾ ਜਿੱਥੇ ਅਰਬਾ ਕੈਲਕੂਲੇਸ਼ਨ ਇੱਕ ਸਕਿੰਟ ਦੇ ਵਿੱਚ ਕਰਨੀਆਂ ਜਾਂ ਨਿਰਦੇਸ਼ ਦੇਣੇ ਆ ਉੱਥੇ ਜਿਵੇਂ ਸ਼ੇਅਰ ਮਾਰਕੀਟ ਮੌਸਮ ਦੀ ਭਵਿੱਖਬਾਣੀ ਪਰਮਾਣੂ ਖੋਜ ਇਹ ਵੋ ਸਾਰਾ ਕੁਝ ਠੀਕ ਹੈ। ਫਿਰ ਉਸ ਤੋਂ ਬਾਅਦ ਬਈ ਇਹ ਤਾਂ ਸੁਪਰ ਕੰਪਿਊਟਰ ਹੋ ਗਏ। ਸੁਪਰ ਕੰਪਿਊਟਰ ਤੋਂ ਬਾਅਦ ਆਉਂਦੇ ਆ ਮੇਨ ਫਰੇਮ ਕੰਪਿਊਟਰ। ਮੇਨ ਫਰੇਮ ਕੰਪਿਊਟਰ ਕਿਹੜੇ ਹੁੰਦੇ ਆ? ਮੇਨ ਫਰੇਮ ਕੰਪਿਊਟਰ ਵੀ ਉਹੀ ਹੈ ਜਿੱਦਾਂ ਸੁਪਰ ਕੰਪਿਊਟਰ ਹੈ। ਸੂਪਰ ਕੰਪਿਊਟਰ ਤੋਂ ਥੋੜੇ ਜਿਹੇ ਛੋਟੇ ਹੁੰਦੇ ਆ ਮੇਨਫ੍ਰੇਮ ਜਿੱਥੇ ਅਰਬਾਂ ਤਾਂ ਨਹੀਂ ਪਰ ਕਰੋੜਾ ਕੈਲਕੂਲੇਸ਼ਨ ਜਿਹੜੀ ਇੱਕ ਸਕਿੰਟ ਦੇ ਵਿੱਚ ਕਰਨੀ ਹੁੰਦੀ ਆ ਉੱਥੇ ਇਹਨਾਂ ਦਾ ਇਸਤੇਮਾਲ ਹੁੰਦਾ ਹੈ ਮੇਨਫ੍ਰੇਮ ਕੰਪਿਊਟਰ ਦਾ ਜਿਵੇਂ ਬੈਂਕਿੰਗ ਹੈੱਡਕੁਆਟਰਸ ਹੋਗੇ ਰੇਲਵੇ ਹੈੱਡਕੁਆਟਰਸ ਹੋਗੇ 에ਰੋਪਲੇਨਸ ਦੇ ਵਿੱਚ ਜਾਂ ਫਿਰ 에ਅਰਕ੍ਰਾਫਟਸ ਜਾਂ ਫਿਰ ਆਪਣੇ 에ਅਰਪੋਰਟ ਹੋਗੇ ਉੱਥੇ ਠੀਕ ਹੈ ਉੱਥੇ ਆਪਾਂ ਸੂਪਰ ਕੰਪਿਊਟਰਾਂ ਦੀ ਲੋੜ ਨਹੀਂ ਬਟ ਤੁਹਾਨੂੰ ਐਡਵਾਂਸ ਕੰਪਿਊਟਰ ਚਾਹੀਦੇ ਆ ਇਸ ਕਰਕੇ ਉੱਥੇ ਮੇਨਫ੍ਰੇਮ ਚੱਲਦੇ ਆ ਮਤਲਬ ਸੂਪਰ ਤੋਂ ਥੋੜੇ ਜੇ ਛ ਮਿੰਨੀ ਕੰਪਿਊਟਰ ਇਹਨਾਂ ਤੋਂ ਵੀ ਛੋਟੇ ਹੁੰਦੇ ਆ ਆਪਾਂ ਨੇ ਦੇਖਿਆ ਨਾ ਪਹਿਲਾਂ ਮੈਕਰੋ ਕੰਪਿਊਟਰ ਦੇਖਿਆ ਆਪਾਂ ਨੇ ਮੈਕਰੋ ਮਤਲਬ ਬਹੁਤ ਵੱਡੇ ਮੈਕਰੋ ਦੇ ਵਿੱਚ ਸੁਪਰ ਹੋ ਗਿਆ ਤੇ ਮੇਨ ਫਰੇਮ ਹੋ ਗਿਆ ਮੈਕਰੋ ਤੋਂ ਬਾਅਦ ਆਊਗਾ ਮਿੰਨੀ ਕੰਪਿਊਟਰ ਤਾਂ ਇਹਨਾਂ ਤੋਂ ਮੈਕਰੋ ਵਾਲਿਆਂ ਤੋਂ ਬਾਅਦ ਛੋਟੇ ਕੰਪਿਊਟਰ ਕਿਹੜੇ ਆ ਮਿੰਨੀ ਕੰਪਿਊਟਰ ਆ ਇਹਨੂੰ ਮਿੰਨੀ ਫਰੇਮ ਕੰਪਿਊਟਰ ਵੀ ਕਹਿ ਦਿੰਦੇ ਆ ਆਪਾਂ ਬਸ ਇਹ ਕੀ ਆ ਮਿੰਨੀ ਤੋਂ ਬਾਅਦ ਆ ਜਾਂਦੇ ਆ ਆਪਣੇ ਮਾਈਕਰੋ ਕੰਪਿਊਟਰ ਜਿਹੜੇ ਜੰਮੀ ਛੋਟੇ ਆ ਆਪਣੇ ਕੋਲ ਜਿਵੇਂ ਪੀਸੀ ਹੋ ਗਿਆ ਲੈਪਟਾਪ ਹੋ ਗਿਆ ਹਨਾ ਮਿਨੀ ਵਾਲਾ ਦਾ ਯੂਜ਼ ਕੀ ਹੈ ਬਸ ਜਿੱਥੇ ਮਾਈਕਰੋ ਤੋਂ ਵੱਡੇ ਕੁਝ ਯੂਜ਼ ਕਰਨੇ ਹੁੰਦੇ ਆ ਜਿਵੇਂ ਕਿਸੇ ਇੰਡਸਟਰੀ ਵਗੈਰਾ ਦੇ ਵਿੱਚ ਜਾਂ ਬੈਂਕ ਵਗੈਰਾ ਦੇ ਵਿੱਚ ਇਹ ਇਸ ਤਰ੍ਹਾਂ ਯੂਜ਼ ਹੁੰਦੇ ਆ ਬਸ ਹੋਰ ਕੁਝ ਨਹੀਂ ਯਾਦ ਰੱਖਣਾ ਠੀਕ ਹੈ ਜਿੱਥੇ ਮਤਲਬ ਮਾਈਕਰੋ ਦੇ ਨਾਲ ਸਰਦਾ ਨਹੀਂ ਸੁਪਰ ਕੰਪਿਊਟਰ ਅਫੋਰਡ ਕਰ ਨਹੀਂ ਸਕਦੇ ਉਹ ਵਿੱਚ ਵਿਚਾਲੇ ਜੀ ਸਟੇਜ ਆ ਗਈ ਇੱਕ ਠੀਕ ਹੈ ਜਿੱਥੇ ਲੋਡ ਵੀ ਜ਼ਿਆਦਾ ਹੈਗਾ ਕੈਲਕੂਲੇਸ਼ਨ ਵੀ ਜ਼ਿਆਦਾ ਕਰਨੀ ਹੈ ਤਾਂ ਉੱਥੇ ਮਿਨੀ ਫਰੇਮ ਕੰਪਿਊਟਰ ਆਪਾਂ ਯੂਜ਼ ਕਰ ਸਕਦੇ ਆ ਠੀਕ ਹੈ ਕੋਈ ਬੈਂਕਿੰਗ ਹੈੱਡ ਕੁਆਟਰ ਇੱਕ ਤਾਂ بڑے ਬੈਂਕ ਹੋਗੇ ਉੱਥੇ ਮੇਨ ਫਰੇਮ ਕੰਪਿਊਟਰ ਚੱਲਦਾ ਹੈ ਛੋਟੇ ਬੈਂਕ ਹਨਾ ਉਥੇ ਮਿਨੀ ਚੱਲ ਜੂਗਾ ਐਦਾਂ ਹੋ ਸਕਦਾ ਹੈ ਇੰਡਸਟਰੀਜ਼ ਦੇ ਵਿੱਚ ਜਾਂ ਫਿਰ ਯੂਨੀਵਰਸਿਟੀਆਂ ਵਗੈਰਾ ਦੇ ਵਿੱਚ ਹਨਾ ਲੈਬੋਰਟਰੀਜ਼ ਵਗੈਰਾ ਦੇ ਵਿੱਚ ਇੱਥੇ ਇਹ ਮਿਨੀ ਕੰਪਿਊਟਰ ਜਿਹੜੇ ਉਹ ਚੱਲਦੇ ਆ ਹੁਣ ਆਪਾਂ ਗੱਲ ਕਰਦੇ ਆ ਮਾਈਕਰੋ ਕੰਪਿਊਟਰਾਂ ਦੀ ਮਾਈਕਰੋ ਕੰਪਿਊਟਰ ਜਿਹੜੇ ਮਤਲਬ ਬਹੁਤ ਛੋਟੇ ਹੁੰਦੇ ਆ ਸਭ ਤੋਂ ਛੋਟੇ ਸਮਾਲੈਸਟ ਇਨ ਸਾਈਜ਼ ਇਹ ਹੈਗੇ ਆ ਬਈ ਚਾਰ ਤਰ੍ਹਾਂ ਦੇ ਹੈਗੇ ਆ ਚਾਰ ਇਹ ਕੋਈ ਜ਼ਰੂਰੀ ਵੀ ਨਹੀਂ ਤੁਸੀਂ ਯਾਦ ਰੱਖਣੇ ਕਿ ਚਾਰ ਤਰ੍ਹਾਂ ਦੇ ਹੈਗੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਆਪਾਂ ਮਤਲਬ ਮੈਂ ਇੱਥੇ ਚਾਰ ਤਰ੍ਹਾਂ ਦੇ ਡਿਸਕਸ ਕਰਾਂਗੇ ਡੈਸਕਟ ਨੋਟਬੁੱਕ ਜਿਹਨੂੰ ਆਪਾਂ ਲੈਪਟਾਪ ਵਗੈਰਾ ਬੋਲਦੇ ਆ ਠੀਕ ਹੈ ਟੈਬਲੇਟ ਪੀਸੀ ਹੋ ਗਿਆ ਹੈਂਡਹੈਲਡ ਕੰਪਿਊਟਰ ਜਾਂ ਇਹਨੂੰ ਆਪਾਂ ਪਾਮ ਕੰਪਿਊਟਰ ਜਾਂ ਪਾਮ ਟੌਪ ਵੀ ਬੋਲ ਦਿੰਦੇ ਆ ਕਿਹੜੇ-ਕਿਹੜੇ ਆ ਇੱਕ ਵਾਰ ਇਹਨਾਂ ਦੀ ਫੋਟੋ ਦੇਖ ਲਓ ਇਹਨਾਂ ਕੋਈ ਖਾਸ ਕੁਐਸਚਨ ਨਹੀਂ ਨਾ ਤੋਂ ਬਣਦਾ ਨਹੀਂ ਤੇ ਪਰਸਨਲ ਕੰਪਿਊਟਰ ਹੋ ਗਿਆ ਤੁਹਾਡਾ ਪੀਸੀ ਤੇ ਲੈਪਟਾਪ ਹੋ ਗਿਆ ਨੋਟਬੁੱਕ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਇਹ ਮਤਲਬ ਇਹ ਲੈਪਟਾਪ ਹੋ ਗਿਆ ਇਹ ਨੋਟਬੁੱਕ ਹੋ ਗਈ ਠੀਕ ਹੈ ਨੋਟਬੁੱਕ ਹੋ ਗਈ ਬਈ ਇਹ ਹੈਂਡਹੈਲਡ ਜਾਂ ਪਾਮ ਕੰਪਿਊਟਰ ਜਾਂ ਪਾਮ ਟੌਪ ਦੇ ਵਿੱਚ ਆਉਂਦੀ ਹੈ ਇੱਕ ਇਹਦੇ ਤੇ ਕੁਐਸਚਨ ਆ ਜਾਂਦੇ ਆ ਬਈ ਹਾਂ ਪੀਡੀਏ ਇਹ ਬਹੁਤ ਇੰਪੋਰਟੈਂਟ ਹੈ ਪਰਸਨਲ ਡਿਜੀਟਲ ਅਸਿਸਟੈਂਟ ਪਰਸਨਲ ਹੁੰਦਾ ਹੈ ਪਰਸਨਲ ਤੁਹਾਨੂੰ ਪਤਾ ਹੈ ਪਰਸਨਲ ਆਪਣਾ ਡਿਜੀਟਲ ਅਸਿਸਟੈਂਟ ਅਸਿਸਟੈਂਟ ਹੁੰਦਾ ਹੈ ਅਸਿਸਟੈਂਟ ਪਹਿਲਾਂ ਜਿਹੜੇ ਅਮੀਰ ਆਦਮੀ ਹੁੰਦੇ ਆ ਅਸਿਸਟੈਂਟ ਰੱਖਦੇ ਆ ਨਾ ਆਪਣੇ ਕੋਲ ਜਿਹੜੇ ਇੰਡਸਟਰੀਸਟ ਹੁੰਦੇ ਆ ਬਿਜ਼ਨਸਮੈਨ ਹੁੰਦੇ ਆ ਨਾ ਅਸਿਸਟੈਂਟ ਜਿਹੜਾ ਉਹਨੂੰ ਦੱਸੇਗੇ ਸਰ ਅੱਜ ਇੱਥੇ ਮੀਟਿੰਗ ਹੈ ਇੱਥੇ ਜਾਣਾ ਇਹ ਕਰਨਾ ਉਹ ਕਰਨਾ ਹਨ ਤਾਂ ਇੱਕ ਤਰ੍ਹਾਂ ਦਾ ਇੱਕ ਪਰਸਨਲ ਡਿਜੀਟਲ ਅਸਿਸਟੈਂਟ ਪਹਿਲਾਂ ਹੁੰਦੀ ਸੀ ਇਹ ਡਿਵਾਈਸ ਹੁਣ ਤਾਂ ਸਾਰਾ ਕੁਝ ਸਥਾਨ ਤੇ ਇਦਾਂ ਦੀ ਇੱਕ ਮਸ਼ੀਨ ਹੁੰਦੀ ਸੀ ਇਦਾਂ ਦੀ ਇੱਕ ਡਿਵਾਈਸ ਹੁੰਦੀ ਸੀ ਜਿਹਦੇ ਚ ਕੁਝ ਇਨਫੋਰਮੇਸ਼ਨ ਵਗੈਰਾ ਸਟੋਰ ਕਰੀ ਜਾਂਦੀ ਸੀ ਹਨਾ ਕੋਈ ਐਡਰੈਸ ਵਗੈਰਾ ਕੰਟੈਕਟ ਵਗੈਰਾ ਉਹ ਸਾਰਾ ਕੁਝ ਇੱਥੇ ਸੇਵ ਹੁੰਦਾ ਸੀ ਤਾਂ ਇਹ ਪੀਡੀਏ ਇਹਨੂੰ ਕਿਹਾ ਜਾਂਦਾ ਸੀ ਇਹਦੀ ਫੁੱਲ ਫਾਰਮ ਬਹੁਤ ਜ਼ਿਆਦਾ ਆਉਂਦੀ ਹੈ ਬਈ ਯਾਦ ਰੱਖਣਾ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਡੇ smartphones ਹੋਗੇ smart watch ਉੱਚ ਬਾਤਿਸ ਹੋਗੀ ਇਹ ਸਾਰਾ ਕੁਝ ਕੀ ਹੈ ਹੈਂਡਹੈਲਡ ਕੰਪਿਊਟਰ ਹੈ ਪਾਮ ਕੰਪਿਊਟਰ ਪਾਮ ਦਾ ਮਤਲਬ ਕੀ ਹੁੰਦਾ ਹੈ ਹਥੇਲੀ ਤਾਂ ਹਥੇਲੀ ਦੇ ਉੱਤੇ ਆ ਜਾਂਦੇ ਸਾਰਾ ਕੁਝ ਠੀਕ ਹੈ ਨਾ ਇਹ ਸਾਰੇ ਕੁਝ ਕੀ ਹੈ ਬਈ ਪਾਮ ਕੰਪਿਊਟਰ ਇਹਨੂੰ ਕਿਹਾ ਜਾਂਦਾ ਓਕੇ ਤਾਂ ਹੁਣ ਵੀਡੀਓ ਤਾਂ ਹੋ ਗਈ ਜਿਹੜੇ ਕੰਪਿਊਟਰ ਆਪਾਂ ਨੇ ਪੜਨੇ ਸੀ ਮੇਨ ਮੇਨ ਆਪਾਂ ਨੇ ਪੜਿਆ ਕੀ ਹੈ ਕਿ ਕੰਪਿਊਟਰ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੇ ਤਿੰਨ ਹਿੱਸੇ ਦੇ ਵਿੱਚ ਵੰਡੇ ਸੀਗੇ ਐਨਾਲੌਗ ਡਿਜੀਟਲ ਤੇ ਹਾਈਬ੍ਰਿਡ ਜੇ ਆਪਾਂ ਗੱਲ ਕਰੀਏ ਪਾਵਰ ਪਾਵਰ ਜਾਂ ਕੈਪੈਸਿਟੀ ਦੇ ਹਿਸਾਬ ਨਾਲ ਜਾਂ ਕੋਸਟ ਦੇ ਹਿਸਾਬ ਨਾਲ ਉਹ ਵੀ ਆਪਾਂ ਨੇ ਤਿੰਨ ਹਿੱਸੇ ਦੇ ਵਿੱਚ ਵੰਡੇ ਸੀਗੇ ਸਭ ਤੋਂ ਵੱਡੇ ਮੈਕਰੋ ਹੋਗੇ ਉਸ ਤੋਂ ਬਾਅਦ ਮਿਨੀ ਹੋਗੇ ਤੇ ਐਂਡ ਦੇ ਵਿੱਚ ਮਾਈਕਰੋ ਹੋਗੇ ਹਨਾ ਬਸ ਇਹੀ ਯਾਦ ਰੱਖਣ ਵਾਲੇ ਪੁਆਇੰਟ ਸੀਗੇ ओके ਜਿੰਨਾਂਕ ਡਿਟੇਲ ਤੁਹਾਨੂੰ ਕਰਾਈ ਹੈ ਇਨਾਂਕ ਬਹੁਤ ਹੈ ਉਹਦੇ ਤੋਂ ਹੀ ਕੁਐਸਚਨ ਆ ਜਾਂਦਾ ਹੈ ਠੀਕ ਹੈ ਤਾਂ ਹੁਣ ਆਪਾਂ ਕੁਐਸਚਨ ਕਰਦੇ ਆਂ ਬਈ ਕੁਐਸਚਨ ਦੇਖ ਕੇ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੱਦਾਂ ਦੇ ਕੁਐਸਚਨ ਇਨਾਂ ਦੇ ਉੱਤੇ ਪੁੱਛੇ ਜਾਂਦੇ ਆ ਪਹਿਲਾ ਕੁਐਸਚਨ ਕੀ ਹੈ ਆਪਣਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਟਾਈਪ ਆਫ ਕੰਪਿਊਟਰ ਓਨ ਦਾ ਬੇਸਿਸ ਆਫ ਆਪਰੇਸ਼ਨ ਤੇ ਕੰਮ ਕਰਨ ਦੇ ਹਿਸਾਬ ਨਾਲ ਇਨਾਂ ਵਿੱਚੋਂ ਕਿਹੜਾ ਕੰਪਿਊਟਰ ਨਹੀਂ ਹੈਗਾ ਤਾਂ ਆਪਾਂ ਨੇ ਸਟਾਰਟਿੰਗ ਦੇ ਵਿੱਚ ਦੇਖਿਆ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਕੰਪਿਊਟਰ ਬੰਨੇ ਹੋਏ ਸੀ ਐਨਲੌਗ ਡਿਜੀਟਲ ਤੇ ਹਾਈਬ੍ਰ ਰਾਈਟ ਆਨਸਰ ਫਿਰ ਡੀ ਹੋ ਗਿਆ ਇਹਦਾ ਉਸ ਤੋਂ ਬਾਅਦ ਐਨਾਲੋਗ ਕੰਪਿਊਟਰ ਇਸ ਐਨਾਲੋਗ ਕੰਪਿਊਟਰ ਕਿਹੋ ਜਿਹਾ ਹੁੰਦਾ ਤਾਂ ਮੈਂ ਤੁਹਾਨੂੰ ਸਪੈਸ਼ਲ ਕਿਹਾ ਸੀ ਕਿ ਐਨਾਲੋਗ ਬਾਰੇ ਇਹ ਗੱਲ ਯਾਦ ਰੱਖਣੀ ਹੈ ਕਿ ਅਜੀਹੇ ਡਾਟੇ ਦੇ ਉੱਤੇ ਕੰਮ ਕਰਦਾ ਜਿਹੜਾ ਡਾਟਾ ਹਮੇਸ਼ਾ ਚੇਂਜ ਹੁੰਦਾ ਹੈ ਆਲਵੇਜ਼ ਚੇਂਜੇਬਲ ਇਹਦਾ ਫਿਰ ਰਾਈਟ ਆਨਸਰ ਏ ਹੋ ਗਿਆ ਓਕੇ ਨੈਕਸਟ ਤੇ ਆ ਜਾਓ ਸੁਪਰ ਕੰਪਿਊਟਰ ਕੀ ਹੈ ਵੀ ਸੁਪਰ ਕੰਪਿਊਟਰ ਸਭ ਤੋਂ ਵੱਡੇ ਕੰਪਿਊਟਰ ਹੈ ਤੁਹਾਨੂੰ ਪਤਾ ਹੈ ਹਨਾ ਏਜ অপশন পড়ো ਤੁਸੀਂ ਇਟ ਪ੍ਰੋਸੈਸ ਡਾਟਾ ਆਫ ਮੋਰ ਦੈਨ 1 ਯੂਜ਼ਰ ਐਟ ਟਾਈਮ ਬਿਲਕੁਲ ਸਿੰਪਲ ਹੈ ਮੋਰ ਦੈਨ 1 ਮਾਰਤਾ ਇਟ ਇਜ਼ ਅ ਫਾਸਟ ਐਂਡ ਕੋਸਟਲੀ ਕੰਪਿਊਟਰ ਸਿਸਟਮ ਬਿਲਕੁਲ ਸਹੀ ਹੈ ਇਟ ਇਜ਼ ਯੂਜ਼ਡ ਇਨ ਲਾਰਜ ਆਰਗੇਨਾਈਜੇਸ਼ਨ ਬਿਲਕੁਲ ਸਹੀ ਹੈ ਪਕਰਾਂ ਚ ਥੋੜੀ ਬਰਤ ਦੇ ਇਹਨਾਂ ਨੂੰ ਤਾਂ ਇਹਦਾ ਮਤਲਬ ਇਹ ਸਾਰੀ ਸਟੇਟਮੈਂਟ ਹੈ ਜਿਹੜੀ ਇਹ ਸਹੀ ਹੈਗੀ ਹੈ ਸੁਪਰ ਕੰਪਿਊਟਰ ਬਾਰੇ ਨੈਕਸਟ ਆਜੋ ਵਿਚ ਟਾਈਪ ਆਫ ਕੰਪਿਊਟਰ ਇਜ਼ ਮੋਸਟਲੀ ਯੂਜ਼ਡ ਫਾਰ ਆਟੋਮੈਟਿਕ ਆਪਰੇਸ਼ਨ ਤੇ ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਇਹ ਬਹੁਤ ਇੰਪੋਰਟੈਂਟ ਹੈ ਕੁਐਸਚਨ ਆਂਦਾ ਹੈ ਸਿੱਧਾ ਕਿ ਆਟੋਮੈਟਿਕ ਆਪਰੇਸ਼ਨ ਵਾਸਤੇ ਕਿਹੜਾ ਕੰਪਿਊਟਰ ਯੂਜ਼ ਕਰਿਆ ਜਾਂਦਾ ਹੈ ਹਾਈਬ੍ਰਿਡ ਠੀਕ ਹੈ ਨੈਕਸਟ ਆਜੋ ਫਸਟ ਸੁਪਰ ਕੰਪਿਊਟਰ ਆਫ ਵਰਲਡ ਵਾਸ ਡਿਵੈਲਪਡ ਇਨ ਕਦੋਂ ਬਣਿਆ ਸੀ ਤਾਂ ਸਨ ਯਾਦ ਰੱਖਣਾ ਹੈ 1976 ਕਿਦੀ ਮੈਂ ਗੱਲ ਕਰ ਰਿਹਾ ਗੱਲ ਕਰ ਰਿਹਾ ਮੈਂ ਕਰੇ ਵਨ ਦੀ ਜਿਹੜਾ ਯੂ ਐਸ ਏ ਦਾ ਸੀਗਾ ਓਕੇ ਨੈਕਸਟ ਆਜੋ computer for personal use is ਆਪਾਂ ਜਿਹੜੇ ਪਰਸਨਲੀ ਕੰਪਿਊਟਰ ਯੂਜ਼ ਕਰਦੇ ਆ ਉਹ ਕਿਹੋ ਜਿਹੇ ਹੁੰਦੇ ਆ ਤਾਂ ਉਹ ਸਭ ਤੋਂ ਛੋਟੇ ਵਾਲੇ ਕੰਪਿਊਟਰ ਕਿਹੜੇ ਆ ਮਾਈਕਰੋ ਪਹੁੰਦੇ ਆ ਠੀਕ ਹੈ ਮਾਈਕਰੋ ਕੰਪਿਊਟਰ ਉਸ ਤੋਂ ਬਾਅਦ ਵੀ ਡੈਸ਼ ਆਰ ਯੂਜ਼ਡ ਫॉर ਸੋਲਵਿੰਗ ਕੰਪਲੈਕਸ ਐਪਲੀਕੇਸ਼ਨ ਸਚ ਐਸ ਗਲੋਬਲ ਵੈਦਰ ਫੋਰਕਾਸਟਿੰਗ ਮੌਸਮ ਵਾਲੇ ਠੀਕ ਹੈ ਨਾ ਤਾਂ ਮੌਸਮ ਵਿੱਚ ਤਾਂ ਬਿਲਕੁਲ ਸਿੰਪਲ ਹੈ ਇਹ ਬਹੁਤ ਵਾਰ ਆਂਦਾ ਹੈ ਕੁਐਸਚਨ ਮੌਸਮ ਦੇ ਵਿੱਚ ਆਪਾਂ ਯੂਜ਼ ਕਰਦੇ ਆ ਸੂਪਰ ਕੰਪਿਊਟਰ ਓਕੇ ਨੈਕਸਟ ਆਜੋ ਇਹ ਥੋੜੇ ਜੀ ਬੋ ਗਰੀਬ ਜੇ ਕੁਐਸਚਨ ਹੈ ਦੇਖ ਲਓ ਇੱਕ ਵਾਰ ਕਈ ਵਾਰ ਆ ਜਾਂਦਾ ਹੈ ਨਾ ਰੈਟਰ ਲਿਬਸ ਨੂੰ ਇਦਾਂ ਹੀ ਮੀਨੀ ਕੰਪਿਊਟਰ ਇਸ ਕਨਵਰਟਡ ਇੰਟੂ ਸੁਪਰ ਮੀਨੀ ਕੰਪਿਊਟਰ ਬਾਏ ਯੂজিং ਡੈਸ਼ ਸੁਪਰ ਚਿਪ ਇਹਦਾ ਆਨਸਰ ਹੈਗਾ ਬਈ 80386 ਚਿਪ ਜਿਹੜੀ ਹੈਗੀ ਆ ਉਹਦਾ ਯੂਜ਼ ਕਰਕੇ ਆਪਾਂ ਆ ਜਿਹੜਾ ਮੀਨੀ ਕੰਪਿਊਟਰ ਹੈਗਾ ਉਹਨੂੰ ਆਪਾਂ ਸੁਪਰ ਮੀਨੀ ਕੰਪਿਊਟਰ ਦੇ ਵਿੱਚ ਚੇਂਜ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਪ੍ਰੋਸੈਸਿੰਗ ਕੈਪੈਸਿਟੀ ਆਫ ਮਾਈਕਰੋ ਕੰਪਿਊਟਰ ਮਾਈਕਰੋ ਕੰਪਿਊਟਰਾਂ ਦੀ ਪ੍ਰੋਸੈਸਿੰਗ ਕੈਪੈਸਿਟੀ ਕਿੰਨੀ ਹੁੰਦੀ ਹੈ 1 ਲੱਖ ਪਰ ਸੈਕਿੰਡ ਓਕੇ ਇਹ ਵੀ ਯਾਦ ਰੱਖਣਾ ਆਪਾਂ ਨੇ ਉਸ ਤੋਂ ਬਾਅਦ ਪਰਮ ਨੂੰ ਕਿਨੇ ਡਿਵੈਲਪ ਕਰਿਆ ਸੀ ਤਾਂ ਪਰਮ ਨੂੰ ਸੀਡੈਕ ਨੇ ਡਿਵੈਲਪ ਕਰਿਆ ਸੀ ਪਰਫੋਮ ਕਮੈਂਟ ਕਰਕੇ ਦੱਸਣਾ ਹੈ ਤੁਸੀ ਪੁਨੇ ਦੀ ਸੰਸਥਾ ਜਿਹੜੀ ਸੀਗੀ ਹੈ ਹਨਾ ਵਿਚ ਟਾਈਪ ਆਫ ਕੰਪਿਊਟਰ ਕੁਡ ਬੀ ਫਾਊਂਡ ਇਨ ਫਾਊਂਡ ਇਨ ਅ ਡਿਜੀਟਲ ਵਾਚ ਤੁਹਾਡੀ ਜਿਹੜੀ ਡਿਜੀਟਲ ਵਾਚ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੰਪਿਊਟਰ ਪਾਇਆ ਜਾਂਦਾ ਹੈ ਉਦੇ ਵਿੱਚ ਕਿਸ ਤਰ੍ਹਾਂ ਇਹ ਨਹੀਂ ਪੁੱਛੇ ਕਿ ਡਿਜੀਟਲ ਡਿਜੀਟਲ ਵਾਚ ਕਿਸ ਤਰ੍ਹਾਂ ਦੀ ਕੰਪਿਊਟਰ ਹੈ ਡਿਜੀਟਲ ਵਾਚ ਦੇ ਅੰਦਰ ਕਿਸ ਤਰ੍ਹਾਂ ਦਾ ਕੰਪਿਊਟਰ ਪਾਇਆ ਜਾਂਦਾ ਹੈ ਤਾਂ ਇੱਥੇ ਪਾਇਆ ਜਾਂਦਾ ਹੈ ਬਈ ਐਮਬੈਡੇਡਡ ਕੰਪਿਊਟਰ ਯਾਦ ਰੱਖਣਾ ਸਾਰਿਆਂ ਨੇ ਠੀਕ ਹੈ ਇੱਕ ਤਰ੍ਹਾਂ ਦਾ ਕੰਪਿਊਟਰ ਹੁੰਦਾ ਹੈ ਜਾਂ ਇੱਕ ਤਰ੍ਹਾਂ ਦੀ ਛੋਟੀ ਡਿਵਾਈਸ ਹੁੰਦੀ ਹੈ ਜਿਹੜੀ ਕੰਪਿਊਟਰ ਦੇ ਵਿੱਚ ਪਾਈ ਜਾਂਦੀ ਹੈ ਕਿਸੇ ਸਪੈਸ਼ਲ ਕੰਮ ਨੂੰ ਕਰਨ ਵਾਸਤੇ ਕਿਸੇ ਸਪੈਸ਼ਲ ਪਰਪਸ ਵਾਸਤੇ ਠੀਕ ਹੈ ਕਿਸੇ ਸਪੈਸ਼ਲ ਕੰਮ ਜਾਂ ਕਿਸੇ ਸਪੈਸ਼ਲ ਟਾਸਕ ਵਾਸਤੇ ਸਪੈਸ਼ਲੀ ਇਹ ਪਾਈ ਜਾਂਦੀ ਹੈ ਚੀਜ਼ ਠੀਕ ਹੈ ਜ਼ਰੂਰੀ ਨਹੀਂ ਡਿਜੀਟਲ ਵਾਚ ਕਿਸੇ ਕੰਪਿਊਟਰ ਦੇ ਵਿੱਚ ਵੀ ਪਾਈ ਜਾਂਦੀ ਹੈ ਓਕੇ ਉਸ ਤੋਂ ਬਾਅਦ ਵੀ ਪੀਡੀਏ ਤੇ ਯਾਦ ਰੱਖਣਾ ਇਹਦੇ ਬਾਰੇ ਫੁੱਲ ਫਾਰਮ ਕੀ ਹੈ ਪਰਸਨਲ ਡਿਜੀਟਲ ਅਸਿਸਟੈਂਟ ਕੀ ਚੀਜ਼ ਹੈ ਤਾਂ ਇਹ ਹੈਗੀ ਇੱਕ ਤਰ੍ਹਾਂ ਦੀ ਹੈਂਡਹੈਲਡ ਡਿਵਾਈਸ ਕੀ ਹੈ ਹੈਂਡਹੈਲਡ ਡਿਵਾਈਸ ਹੈ ਓਕੇ ਬਈ ਇਹ ਸੀਗੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਹੈ ਕੋਈ ਡਾਊਟ ਹੈ ਤਾਂ ਮੈਨੂੰ ਮੈਸੇਜ ਕਰ ਦਿਓ ਬਾਕੀ ਆਪਣਾ ਰਿਸਪੌਂਸ ਜਿਹੜਾ ਹੈਗਾ ਉਹ ਕਮੈਂਟ ਕਰਕੇ ਜਰੂਰ ਦੇਣਾ ਹੈ ਵੀਡੀਓ ਚੰਗੀ ਲੱਗੀ ਹੈ ਤਾਂ ਵੀ ਵੀਡੀਓ ਚੰਗੀ ਨਹੀਂ ਲੱਗੀ ਤਾਂ ਵੀ ਠੀਕ ਹੈ ਕਮੈਂਟ ਜਰੂਰ ਕਰਨਾ ਹੈ ਬਾਕੀ ਕੋਈ ਕੁਇਰੀ ਕੋਈ ਡਾਊਟ ਹੈਗੀ ਹੈ ਇਹ ਮੈਨੂੰ ਮੈਸੇਜ ਕਰ ਦਿਓ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਵੀ ਇਨਪੁਟ ਤੇ ਆਉਟਪੁਟ ਡਿਵਾਈਸਸ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਹੋਊਗੀ ਨੈਕਸਟ ਵਾਲੀ ਡਾਇਰੈਕਟ ਇੱਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਦੇਖਣ ਨੂੰ ਮਿਲਦਾ ਹੈ ਇਨਪੁਟ ਆਉਟਪੁਟ ਦੇ ਉੱਤੇ ਨੈਕਸਟ ਵੀਡੀਓ ਜਰੂਰ ਦੇਖਣੀ ਹੈ ਬਾਕੀ ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ